ਦੋ ਵੈਲਕਮ ਹੈ ਜੀ ਸਟੂਡੈਂਟ ਸਾਰਿਆਂ ਦਾ ਅੱਜ ਦੇ ਲਾਈਵ ਸੈਸ਼ਨ ਦੇ ਵਿੱਚ। ਸੋ ਸਟੱਡੀ ਵੀਜ਼ਾ ਨਾਲ ਜੁੜਿਆ ਇਹ ਲਾਈਵ ਸੈਸ਼ਨ ਹੈ 90413 90412 ਤੇ ਤੁਸੀਂ ਕਾਲ ਕਰ ਸਕਦੇ ਹੋ, ਕੋਈ ਵੀ ਸਵਾਲ ਹੈ ਤੁਹਾਡਾ ਸਟੱਡੀ ਵੀਜ਼ਾ ਨਾਲ ਜੁੜਿਆ ਹੋਇਆ। ਸੋ ਕੈਨੇਡਾ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ। ਅੱਜ ਦੇ ਸਾਡੇ ਗੈਸਟ ਨੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਜਸਮੀਤ ਸਿੰਘ ਭਾਟੀਆ ਜੀ। ਬਹੁਤ ਬਹੁਤ ਸਵਾਗਤ ਹੈ ਜਸਮੀਤ ਜੀ। ਮਿਊਟ ਹੈ ਵੋਲਿਊਮ। ਸਤਿ ਸ਼੍ਰੀ ਅਕਾਲ ਦੀਪਕ ਜੀ। ਸੋ ਸਟੂਡੈਂਟ ਜਸਮੀਤ ਜੀ ਰੀਸੈਂਟਲੀ ਕੈਨੇਡਾ ਜਾ ਕੇ ਆਏ ਨੇ। ਸੋ ਜਸਮੀਤ ਜੀ ਨਾਲ ਗੱਲ ਕਰਾਂਗੇ, ਉਹਨਾਂ ਦੇ ਐਕਸਪੀਰੀਅੰਸ ਸ਼ੇਅਰ ਕਰਾਂਗੇ ਕਿੱਦਾਂ ਦੇ ਐਕਸਪੀਰੀਅੰਸ ਨੇ। ਜਸਮੀਤ ਜੀ, ਹੁਣ ਤਾਂ ਇੰਨੀ ਜ਼ਿਆਦਾ ਨਿਊਜ਼ ਨਹੀਂ ਆ ਰਹੀ ਕਿ ਕੈਨੇਡਾ ਕੰਮ ਨਹੀਂ ਮਿਲ ਰਿਹਾ, ਉਹ ਮਸਲਾ ਆਲਮੋਸਟ ਠੰਡਾ ਹੋ ਗਿਆ ਲੱਗਦਾ, ਪਰ ਫਿਰ ਵੀ ਮੈਂ ਚਾਹੂੰਗਾ ਤੁਸੀਂ ਆਪਣਾ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰੋ। ਤੁਸੀਂ ਕੈਨੇਡਾ ਗਏ, ਤਾਂ ਸਟੂਡੈਂਟ ਨੂੰ ਵਰਕ ਈਜ਼ਲੀ ਮਿਲ ਰਿਹਾ, ਕਿੱਦਾਂ ਦਾ ਮਾਹੌਲ ਹੈ? ਦੇਖੋ, ਮੈਂ ਜੇ ਅੱਗੇ ਪਰਸਨਲੀ ਕੀ ਕਹਿੰਦੇ ਆ ਜੇ ਸ਼ੇਅਰ ਕਰਾਂ ਤਾਂ ਆਈ ਮੈਟ ਲੋਟ ਆਫ ਸਟੂਡੈਂਟਸ ਔਰ ਡਿਫਰੈਂਟ ਡਿਫਰੈਂਟ ਸ਼ਹਿਰਾਂ 'ਚ ਮੈਂ ਸਟੂਡੈਂਟਸ ਨੂੰ ਮਿਲਿਆ। ਨਾਇਗਰਾ 'ਚ ਮੈਂ ਸਟੂਡੈਂਟਸ ਨੂੰ ਮਿਲਿਆ, ਫੋਰਟ ਮੈਕਮਰੀ 'ਚ ਸਟੂਡੈਂਟਸ ਨੂੰ ਮਿਲਿਆ, ਕੈਲਗਰੀ 'ਚ ਮਿਲਿਆ, ਐਡਮਿੰਟਨ 'ਚ ਮਿਲਿਆ, ਔਰ ਟੋਰੋਂਟੋ 'ਚ ਵੀ ਮਿਲਿਆ, ਬਰੈਂਪਟਨ 'ਚ ਮਿਲਿਆ, ਸੂ ਸੈਂਟ ਮੈਰੀ 'ਚ ਵੀ ਮਿਲਿਆ। ਸੋ ਜਿੰਨੇ ਵੀ ਸ਼ਹਿਰ ਮੈਂ ਵਿਜ਼ਿਟ ਕੀਤੇ, ਮੇਰੀ ਕੋਸ਼ਿਸ਼ ਹੋਈ ਮੈਂ ਉੱਥੇ ਕਾਫੀ ਸਾਰੇ ਸਟੂਡੈਂਟਸ ਨੂੰ ਮਿਲਾਂ। ਸੋ ਇੱਕ ਚੀਜ਼ ਤਾਂ ਬਿਲਕੁਲ ਕਲੀਅਰ ਸਾਹਮਣੇ ਆਈ ਹੈ ਕਿ ਜਿਹੜੇ ਬੱਚਿਆਂ ਨੂੰ ਇੱਥੇ ਕੰਮ ਦਾ ਐਕਸਪੀਰੀਅੰਸ ਹੈਗਾ ਇੰਡੀਆ 'ਚ, ਉਹਨਾਂ ਨੂੰ ਉੱਥੇ ਕੰਮ ਜਾ ਕੇ ਬਹੁਤ ਜਲਦੀ ਮਿਲ ਰਿਹਾ। ਜਿਹੜੇ ਬੱਚਿਆਂ ਨੂੰ ਕੰਮ ਦਾ ਐਕਸਪੀਰੀਅੰਸ ਹੈਗਾ, ਸਪੋਜ਼ ਕੋਈ ਕੁੱਕ ਹੈ, ਠੀਕ ਹੈ, ਕੋਈ ਹੇਅਰ ਡਰੈਸਰ ਹੈ, ਕੋਈ ਮਕੈਨਿਕ ਹੈ, ਠੀਕ ਹੈ, ਕੋਈ ਸਿਵਲ ਇੰਜੀਨੀਅਰ ਹੈ, ਕੋਈ ਕੀ ਕਹਿੰਦੇ ਆ ਕੰਸਟਰਕਸ਼ਨ ਦਾ ਕੰਮ ਕਰਦਾ, ਕਿਸੇ ਨੂੰ ਪਲੰਬਿੰਗ ਦਾ ਕੰਮ ਆਉਂਦਾ, ਸੋ ਉਹਨਾਂ ਬੱਚਿਆਂ ਨੂੰ ਤਾਂ ਜਾਂਦਿਆਂ ਹੀ ਕੰਮ ਮਿਲ ਰਿਹਾ ਬਹੁਤ ਕੁਇਕਲੀ। ਔਰ ਜਿਹੜੇ ਬੱਚੇ ਐਫਰਟ ਹੀ ਨਹੀਂ ਕਰ ਰਹੇ, ਦੇਖੋ ਕਿਸੇ ਨੇ ਘਰ ਤਾਂ ਦੇਣ ਨਹੀਂ ਆਉਣਾ ਕੰਮ, ਜਿਹੜੇ ਬੱਚੇ ਕਹਿ ਰਹੇ ਆ ਯਾਰਾਂ ਦੋਸਤਾਂ ਨੂੰ ਫੋਨ ਕਰ ਲਿਆ, ਯਾਰ ਮੈਨੂੰ ਕੰਮ ਦਵਾ ਦੇ, ਕਿਸੇ ਨੂੰ ਕਹਿਤਾ, ਸਾਨੂੰ ਵੀ ਫੋਨ ਆਉਂਦੇ ਸਾਨੂੰ ਕੰਮ ਦਵਾ ਦਿਓ ਸਰ। ਸੋ ਜਿਹੜੇ ਬੱਚੇ ਐਫਰਟ ਹੀ ਨਹੀਂ, ਦੇਖੋ ਜੋਬ ਇੱਕ ਇੱਦਾਂ ਦੀ ਚੀਜ਼ ਹੋ ਜਾਂਦੀ ਕਿ ਕਿਸੇ ਦੇ ਕਹੇ 'ਤੇ ਨਹੀਂ ਲੱਗਦੀ, ਤੁਹਾਡੇ ਕੀ ਕਹਿੰਦੇ ਆ ਤੁਹਾਡੇ ਐਕਸਪੀਰੀਅੰਸ 'ਤੇ ਲੱਗਦੀ, ਖਾਸ ਕਰਕੇ ਉੱਥੇ ਕਿਸੇ ਦੇ ਐਡਾ ਰੈਫਰੈਂਸ ਚੱਲ, ਅਸੀਂ ਚਲੋ ਕਿਸੇ ਨੂੰ ਕਹਿ ਤਾਂ ਰੈਫਰੈਂਸ ਦੇ ਦਈਏ, ਪਰ ਜੇ ਸਪੋਜ਼ ਤੁਹਾਨੂੰ ਕਿਤੇ ਰੈਫਰੈਂਸ ਦੇ ਦਈਏ ਤੁਹਾਨੂੰ ਇੰਗਲਿਸ਼ ਨਹੀਂ ਬੋਲਣੀ ਆਉਂਦੀ। ਸੋ ਇੱਕ ਚੀਜ਼ ਹੋਰ ਵੀ ਦੇਖਣ ਨੂੰ ਮਿਲੀ ਦੀਪਕ, ਕਿ ਜਿਹੜੇ ਬੱਚੇ ਖਾਸ ਕਰਕੇ ਬਰੈਂਪਟਨ ਚੂਜ਼ ਕਰਦੇ ਆ, ਉਹ ਪੰਜਾਬੀ ਮਾਹੌਲ 'ਚ ਰਹਿਣਾ ਚਾਹੁੰਦੇ ਆ, ਉਹ ਇੰਗਲਿਸ਼ ਸਿੱਖਣਾ ਨਹੀਂ ਚਾਹੁੰਦੇ, ਉਹ ਪੰਜਾਬੀ ਇੰਪਲੋਇਰ ਕੋਲ ਹੀ ਕੰਮ ਕਰਨਾ ਚਾਹੁੰਦੇ ਆ, ਉੱਥੇ ਪੰਜਾਬੀ ਬੰਦਿਆਂ ਨਾਲ ਹੀ ਰਹਿਣਾ ਚਾਹੁੰਦੇ ਆ। ਸੋ ਦੇ ਡੋਂਟ ਵਾਂਟ ਟੂ ਲਰਨ ਸਮਥਿੰਗ ਨਿਊ। ਸੋ ਇਹ ਚੀਜ਼, ਸੋ ਇਹ ਵੀ ਇੱਕ ਬੜਾ ਵੱਡਾ ਫੈਕਟਰ ਹੈ। ਮੈਂ ਤੁਹਾਡੇ ਤੋਂ ਸਮਝਿਆ ਕਿ ਏਦਾਂ ਦੇ ਮਾਈਂਡਸੈਟ ਨਾਲ ਵੀ ਬੱਚੇ ਜਾਂਦੇ ਆ ਕਿ ਚਲੋ ਥੋੜੀ ਬਹੁਤ ਇੰਗਲਿਸ਼ ਸਿੱਖ ਲਈ ਆ, ਇੱਕ ਵਾਰੀ ਆਇਲਸ ਕਲੀਅਰ ਕਰ ਲਿਆ, ਸੋ ਕਿ ਉੱਥੇ ਜਾ ਕੇ ਏਦਾਂ ਦੇ ਮਾਹੌਲ 'ਚ ਕੰਫਰਟ ਜ਼ੋਨ 'ਚ ਰਹੀਏ ਜਿੱਥੇ ਆਸ-ਪਾਸ ਸਾਰਾ ਪੰਜਾਬੀ ਮਾਹੌਲ ਹੋਵੇ। ਸੋ ਇੱਕ ਸਰ ਦੇਖੋ ਦੀਪਕ, ਬਰੈਂਪਟਨ ਦੀ ਇੱਕ ਲਿਮਿਟ ਹੈਗੀ ਹੈ, ਬਰੈਂਪਟਨ ਦੀ ਇੱਕ ਲਿਮਿਟ ਹੈ, 5 ਤੋਂ 6 ਲੱਖ ਬੰਦਾ ਉੱਥੇ ਰਹਿੰਦਾ ਹੈ, ਉਹਦੀ ਇੱਕ ਲਿਮਿਟ ਹੈ ਕਿ ਉਹ ਕਿੰਨੇ ਆਪਣੇ ਸਟੂਡੈਂਟਸ ਐਬਜ਼ੋਰਬ ਕਰ ਸਕਦਾ। ਔਰ ਉਹ ਬਰੈਂਪਟਨ 'ਚ ਵੀ ਸਿਰਫ ਪੰਜਾਬੀ ਨਹੀਂ ਰਹਿੰਦੇ, ਉੱਥੇ ਵੀ ਗੋਰੇ ਰਹਿੰਦੇ ਆ, ਉੱਥੇ ਵੀ ਚਾਈਨੀਜ਼ ਰਹਿੰਦੇ ਆ, ਉੱਥੇ ਵੀ ਯੂਰੋਪੀਅਨਸ ਰਹਿੰਦੇ ਆ, ਉੱਥੇ ਵੀ ਅਰਬੀ ਰਹਿੰਦੇ ਆ। ਸੋ ਉੱਥੇ ਵੀ ਸਾਰੇ ਗੋਰੇ ਨਹੀਂ ਰਹਿੰਦੇ, ਔਰ ਉੱਥੇ ਵੀ ਸਾਰੇ ਇੰਡੀਅਨਸ ਨਹੀਂ ਰਹਿੰਦੇ, ਸਿਰਫ ਪੰਜਾਬੀ ਨਹੀਂ ਰਹਿੰਦੇ। ਸੋ ਇਹ ਵੀ ਸਮਝਣ ਦੀ ਆਪਾਂ ਨੂੰ ਲੋੜ ਹੈ ਕਿ ਅਸੀਂ ਜੇ ਆਪਣੇ ਆਪ ਨੂੰ ਇੱਕ ਲਿਮਿਟ ਕਰ ਰਹੇ ਹਾਂ ਕਿ ਅਸੀਂ ਇੱਕ ਪੰਜਾਬੀ ਇੰਪਲੋਇਰ ਕੋਲ ਹੀ ਕੰਮ ਕਰਨਾ ਔਰ ਅਸੀਂ ਕੁਝ ਨਵਾਂ ਨਹੀਂ ਸਿੱਖਣਾ, ਫਿਰ ਇਹ ਇੱਕ ਸਭ ਤੋਂ ਵੱਡੀ ਸਾਡੀ ਸਟੂਡੈਂਟਸ ਦੀ ਮੈਂ ਕਹਾਂਗਾ ਗਲਤੀ ਹੈ। ਸੋ ਅਸੀਂ ਜਦੋਂ ਕੈਨੇਡਾ ਜਾ ਰਹੇ ਹਾਂ, ਅਸੀਂ ਕੋਸ਼ਿਸ਼ ਕਰੀਏ ਉੱਥੇ ਜਾ ਕੇ ਕੈਨੇਡੀਅਨ ਕਲਚਰ ਸਿੱਖਣ ਦੀ, ਇੰਗਲਿਸ਼ ਸਿੱਖਣ ਦੀ, ਕੈਨੇਡੀਅਨ ਲੋਕਾਂ ਨਾਲ ਰਹਿਣ ਦੀ, ਕੈਨੇਡੀਅਨ ਲੋਕਾਂ ਤੋਂ ਜੋਬਸ ਲੈਣ ਦੀ। ਔਰ ਜਿਹੜੇ ਵੀ ਜਿਵੇਂ ਹੁਣ ਇੱਕ ਹੇਅਰ ਡਰੈਸਰ ਵਾਲਾ ਵੀਡੀਓ ਬੜਾ ਵਾਇਰਲ ਹੋਇਆ ਸੀ ਕਿ ਕੈਨੇਡਾ 'ਚ ਹੇਅਰ ਡਰੈਸਰ ਸੜਕ 'ਤੇ ਕੱਟਣ ਲੱਗ ਗਿਆ, ਸੋ ਉਹ ਪ੍ਰੈਂਕ ਹੈ ਸਾਰੇ, ਕੋਈ ਰਿਐਲਿਟੀ 'ਚ ਨਹੀਂ ਹੈਗਾ ਕਿ ਉਹ ਰਿਐਲਿਟੀ 'ਚ ਉਹ ਵੀਡੀਓ ਵਾਇਰਲ ਹੋਇਆ। ਐਂਡ ਜੇ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਕਿ ਸਟੂਡੈਂਟਸ ਜਿਹੜੇ ਕਹਿ ਰਹੇ ਹੈ ਕਿ ਸਾਨੂੰ ਅਕੋਮੋਡੇਸ਼ਨ ਨਹੀਂ ਮਿਲ ਰਹੀ, ਇਹ ਇੱਕ ਸੈਂਸਿਟਿਵ ਮੁੱਦਾ, ਬਹੁਤ ਹੀ ਸੈਂਸਿਟਿਵ ਮੁੱਦਾ। ਸੋ ਸਟੂਡੈਂਟਸ, ਅਕੋਮੋਡੇਸ਼ਨ ਦਾ ਜਿਹੜਾ ਮੁੱਦਾ ਹੈ, ਅਸੀਂ ਇਹ ਕਹਿ ਰਹੇ ਹਾਂ ਕਿ ਸਾਨੂੰ ਅਕੋਮੋਡੇਸ਼ਨ ਨਹੀਂ ਮਿਲ ਰਹੀ, ਉਹ ਗਲਤ ਹੈ। ਅਕੋਮੋਡੇਸ਼ਨ ਮਹਿੰਗੀ ਮਿਲ ਰਹੀ ਹੈ, ਜੋ ਅਸੀਂ ਸੋਚ ਕੇ ਗਏ ਸੀ ਕਿ ਮੈਨੂੰ ਉੱਥੇ $200-$300 ਦੀ ਅਕੋਮੋਡੇਸ਼ਨ ਮਿਲ ਜਾਏਗੀ, ਉਹ ਨਹੀਂ ਮਿਲ ਰਹੀ, ਹੁਣ ਗੱਲ ਚੇਂਜ ਹੋ ਗਈ ਹੈ। ਦੇਖੋ ਜਿਹੜੀ ਮਹਿੰਗਾਈ ਵੱਧ ਰਹੀ ਹੈ, ਉਹ ਪੂਰੀ ਦੁਨੀਆ 'ਚ ਵੱਧ ਰਹੀ ਹੈ, ਨਾ ਕਿ ਸਿਰਫ ਕੈਨੇਡਾ 'ਚ ਵੱਧ ਰਹੀ ਹੈ। ਇਹ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ
कि जेड़ी महंगाई वध रही है वो पूरी दुनिया च वध रही है, ना कि सिर्फ कैनेडा च वध रही है। और जो रूम रेंट्स तेज हुए हैं तो पूरे कैनेडा के हुए हैं, ना कि सिर्फ इंडिया के भी रूम रेंट तेज है। जो तुम कहो कि मैं चंडीगढ़ 8 सेक्टर कमरा लेना है तो 20,000 रुपये थले मैनू नहीं लगता चंगा कमरा मिलता। जी जी, तो इतने $400 का कमरा मिली जाता है चंडीगढ़ च। सो असी सोचते हैं कि सानू उत्थे $400 का वधिया कमरा मिल जाए, वेयर एज इट इज कैनेडा। सो स्टूडेंट्स, कमरे की शॉर्टेज नहीं हुई, महंगाई हो गई है। और जिहड़े साडे बच्चों की एक्सपलॉयटेशन है वह ब्रैम्पटन च ज़्यादा, बाहर घट है। हुण बच्चा ब्रैम्पटन रहिंदा सी, उहनूं $500 कहिंदे तैनू शेयरिंग च रहना पएगा दो बंदियां दे नाल। और उस बच्चे ने एक सिंगल कमरा लभ लिया डाउनटाउन टोरंटो च $625 का, किते तो वह $500 दे के दो बंदियां नाल शेयर कर रहा सी कमरा, और किते वह $625 दे के एक सिंगल कमरे च रह रहा टोरंटो च। सो जिहड़ा मैं फीडबैक शेयर कर रहा दीपक, वो स्टूडेंट्स का ही फीडबैक है, और जो मेरा एक्सपीरियंस रहा उत्थे, जो मैं बच्चों नाल गलबात की वह फीडबैक है। दूसरी चीज एक, मैं बहुत ज्यादा मैं दोबारा बहुत सारे वीडियो रिपीट करांगा कि पेरेंट्स अपने बच्चों नूं प्रेशर ना करन घर पैसे भेजने लई। बहुत इंपॉर्टेंट मुद्दा है कि पेरेंट्स, ठीक है तुसी लोन लिया, यू हैव डन लॉट ऑफ एफर्ट टू सेंड दैम अब्रॉड, पर जो आप बच्चों इनिशियली बहुत ज्यादा प्रेशर कर दें पैसे भेजने लिए, दे आर नॉट, मतलब मैं लगता है कि असं जो 12वीं पास बच्चे खास करके गए हैं उन्होंने असं अनड्यू प्रेशर क्रिएट कर रहे हैं। हले देखो उन्होंने कॉलेज जाने रस्ता नहीं लभ्या, ठीक है। सो बच्चों की भी, बच्चों की और पेरेंट्स की भी एक्सपेक्टेशन बहुत ज्यादा है कि सानू कॉलेज जान तक का रस्ता तो पता नहीं, असी चाहते हैं असी 1.5 लाख रुपया महीने का कमान लग जाइए लैंड होंदे ही। सो दीपक ये सही है, ये सही नहीं हैगा। मतलब मेरे हिसाब से मैनू, मतलब बड़ा मैं बच्चों नू कहा भी कि अपने पेरेंट्स नू समझाओ कि इदां दी एक्सपैक्टेशन पेरेंट्स नू नहीं होनी चाहिए। वन सैकेंडली बच्चों नू भी इदां दी एक्सपैक्टेशन नहीं होनी चाहिए कि असी जांदे ही जॉब लभ लईए। स्लो एंड स्टडी विंस द रेस, वो कछू वाली स्टोरी आपां सारयां ने सुनी हुई है। और की कहिंदे, ठंडा करके खाना चाहिए, ठीक है। आपां नू गर्म खाइए तो आपां नू एकदम मूँह जल जाता है। सो साडी जिहड़ी एक्सपैक्टेशन है फ्रॉम कैनेडा बहुत ज़्यादा हैगी है, ठीक है। जे आपां अपनी एक्सपैक्टेशन थोड़ियां सीमित करके चलांगे तो बिल्कुल ठीक हो जावांगे, कोई प्रॉब्लम नहीं है। कि पूरे कंट्री च, कैनेडा तो यहो जहा कंट्री हैगा जी, आप 100 करोड़ बंदा भी इतों भेज दिए ना तो भी वह खाली रहना है, तो भी वह खाली रहना। मैं बहुत सारे वीडियोज़ रिकॉर्ड किए हैं, तुम साडे लैंडमार्क इमीग्रेशन के चैनल पर जाके भी देख सकते हो। मैं उत्थे ऑन ग्राउंड वीडियोज़ रिकॉर्ड किए हैं, टोरोंटो डाउनटाउन च वीडियो रिकॉर्ड किए, और मैं देखा कि 1 किलोमीटर के स्ट्रैच च असी 15 बंदे खड़े से, अच्छे से 2 ही इंडियन से 15 बंदियों चो। सो इन्ना रश नहीं है उत्थे जिन्ना आपां नूं, जिवें उह इक वीडियो दिखाती सी बस च बंदे सारे इंडियन सी, उह इक दिन हो सकदा उदां होवे जिद्दन ओरिएंटेशन होवे ना, जिद्दन ओरिएंटेशन हुंदी है ना उदन देखो सारे बच्चे एक टाइम ते पहुंचदे हैं, और उदन आपां कह सकदे हां रश होवे। और जिहड़ा उह ब्रैम्पटन च जॉब वाला वीडियो भी सी, उह पता नहीं ओरिएंटेशन लई जा रहे सी बच्चे, उह जॉब लभण नहीं जा रहे सी, उह किसे कॉलेज दी ओरिएंटेशन दी लाइन सी। ਸੋ ਇਹ ਵੀ ਬਹੁਤ ਚੀਜ਼ ਹੈ ਜੀ, ਕਈ ਵਾਰੀ ਵੀਡੀਓ ਵਾਇਰਲ ਕਰਨ ਲਈ ਉਹਨੂੰ ਐਦਾਂ ਦੇ ਇੰਟਰਸਟਿੰਗ ਟੈਗਸ ਜਾਂ ਟਾਈਟਲਸ ਦੇ ਦਿੱਤੇ ਜਾਂਦੇ ਆ। ਹਾਂ, ਇੱਕ ਹੋਰ ਵੀਡੀਓ ਮੈਂ ਦੇਖਿਆ, ਉਹਦੇ 'ਚ ਉਹ ਬੱਚਿਆਂ ਦੀ ਇੰਟਰਵਿਊ ਲੈ ਰਿਹਾ ਕਿ ਤੁਹਾਨੂੰ 6 ਮਹੀਨੇ ਹੋ ਗਏ ਤੁਹਾਨੂੰ ਜੋਬ ਨਹੀਂ ਮਿਲੀ, ਉਹ ਬੱਚਾ ਕਹਿੰਦਾ ਮੈਨੂੰ ਜੋਬ ਨਹੀਂ ਮਿਲੀ। ਸੋ ਉਹਦੇ 'ਤੇ ਵੀ ਮੈਂ ਇਹ ਵੀਡੀਓ ਦੇਖਦਾ ਸੀ, ਹੋਰ ਉਹ 4-5 ਬੱਚਿਆਂ ਨੂੰ ਪੁੱਛਦਾ, ਉਹ ਕਹਿੰਦਾ ਮੈਨੂੰ 3 ਮਹੀਨੇ ਤੋਂ ਕੰਮ ਨਹੀਂ ਮਿਲਿਆ, ਉਹ ਕੋਈ ਕਹਿੰਦਾ ਮੈਨੂੰ 6 ਮਹੀਨੇ ਤੋਂ ਕੰਮ ਨਹੀਂ ਮਿਲਿਆ, ਕੋਈ ਕਹਿੰਦਾ ਮੈਂ ਊਬਰ ਡਿਲੀਵਰੀਜ਼ ਕਰ ਰਿਹਾ। ਹੁਣ ਦੇਖੋ ਇੱਕ ਚੀਜ਼ ਆਪਣੀ ਸਮਝਣ ਦੀ ਲੋੜ ਹੈਗੀ ਹੈ, 12ਵੀਂ ਪਾਸ ਬੱਚੇ ਕੋਈ ਸਕਿੱਲ ਨਹੀਂ ਹੈਗੀ, 12ਵੀਂ ਪਾਸ ਬੱਚੇ ਨੇ ਕੀ ਕਹਿੰਦੇ ਕੋਈ ਐਕਸਪੀਰੀਅੰਸ ਨਹੀਂ ਹੈਗਾ, ਠੀਕ ਹੈ। 12ਵੀਂ ਪਾਸ ਬੱਚਾ ਇੰਗਲਿਸ਼ ਨਹੀਂ ਚੰਗੀ ਬੋਲ ਰਿਹਾ, ਜਿਹੜੇ ਬੱਚੇ ਨਹੀਂ ਬੋਲ, ਉਹ ਕਿੱਦਾਂ ਇੱਕ ਇੰਟਰਨੈਸ਼ਨਲ ਕੰਟਰੀ 'ਚ ਜਾ ਕੇ ਉਹਨੂੰ ਇਨੀਸ਼ੀਅਲੀ ਜੋਬ ਮਿਲ ਜਾਏਗੀ, ਸਮਾਂ ਤਾਂ ਲੱਗੇਗਾ ਨਾ।
ਸੋ ਇਹ ਕਿਤੇ ਨਾ ਕਿਤੇ ਆਪਾਂ ਐਕਸਪੈਕਟੇਸ਼ਨ ਆਪਣੀਆਂ ਵਧਾ ਕੇ ਚੱਲ ਰਹੇ ਹਾਂ। ਔਰ ਦੂਸਰੀ ਚੀਜ਼ ਹੈ ਹੁਣ ਆਪਾਂ ਇਕੱਠੇ ਕਰ ਲਏ ਪੰਜ ਬੰਦੇ ਜਿਨ੍ਹਾਂ ਨੂੰ ਜੋਬ ਨਹੀਂ ਮਿਲੀ, ਸੌਆਂ ਵਿੱਚੋਂ ਪੰਜ ਬੰਦੇ ਆਪਾਂ ਇਕੱਠੇ ਕਰ ਲਏ ਜਿਨ੍ਹਾਂ ਨੂੰ ਜੋਬ ਨਹੀਂ ਮਿਲੀ, ਪਰ ਜਿਹੜੇ ਸੌਆਂ ਚੋਂ 95 ਨੂੰ ਜੋਬ ਮਿਲ ਗਈ ਉਹਨਾਂ ਦਾ ਤਾਂ ਵੀਡੀਓ ਕਿਸੇ ਨੇ ਨਹੀਂ ਬਣਾਇਆ, ਉਹ ਵਿਹਲੇ ਨਹੀਂ ਹੈਗੇ ਨਾ ਜੀ, ਕੰਮ ਤੇ ਗਏ ਹੋਏ ਨੇ। ਬਿਲਕੁਲ। ਸੋ ਦੀਪਕ ਇਹ ਚੀਜ਼ ਮੈਨੂੰ ਲੱਗੀ ਕਿ ਆਪਾਂ ਨੂੰ ਥੋੜਾ ਜਿਹਾ ਕੀ ਕਹਿੰਦੇ ਊਬਰ ਡਿਲੀਵਰੀਜ਼, ਦੇਖੋ ਉਹ ਬੱਚੇ ਕਰ ਰਹੇ ਆ ਜਿਹੜੇ ਇਨੀਸ਼ੀਅਲੀ ਜਾ ਕੇ ਬਹੁਤ ਜਲਦੀ ਪੈਸਾ ਕਮਾਉਣਾ ਚਾਹੁੰਦੇ ਆ, ਉਹ ਜਾਂਦਿਆਂ ਹੀ ਊਬਰ ਡਿਲੀਵਰੀ ਫੜ ਲੈਂਦੇ ਆ, ਜਾਂਦਿਆਂ ਹੀ ਗੱਡੀ ਖਰੀਦ ਲੈਂਦਾ ਕੋਈ, ਜਾਂਦਿਆਂ ਹੀ ਮਤਲਬ ਉਹ ਦੇ ਵਾਂਟ ਟੂ ਅਰਨ ਮਨੀ। ਔਰ ਮੈਨੂੰ ਇਹ ਨਹੀਂ ਸਮਝ ਆ ਰਿਹਾ ਆਪਾਂ ਨੂੰ ਜਲਦੀ ਕਿਸ ਚੀਜ਼ ਦੀ, ਆਪਾਂ ਤਾਂ ਸਾਰੀ ਜ਼ਿੰਦਗੀ ਉਸ ਕੰਟਰੀ ਬਿਤਾਉਣ ਆਏ ਆ, ਆਪਾਂ ਨੂੰ ਪੈਸੇ ਕਮਾਉਣ ਦੀ ਇੰਨੀ ਜਲਦੀ ਕੀ, ਆਪਾਂ ਤਾਂ ਸੋਚ ਕੇ ਆਏ ਨਾ ਕਿ ਅਸੀਂ ਇਸ ਕੰਟਰੀ 'ਚ ਰਿਟਾਇਰ ਹੋਣਾ। ਪੈਸੇ ਆਪਾਂ ਅੱਜ ਸਾਡੀ ਉਮਰ ਹੈਗੀ 18 ਤੋਂ 20 ਸਾਲ ਵਾਲਾ ਬੱਚਾ 12ਵੀਂ ਪਾਸ ਵਾਲਾ, 2 ਸਾਲ ਪੜ੍ਹਾਈ ਕਰਨੀ ਹੈ, 20 ਤੋਂ 22 ਸਾਲ ਦਾ ਹੋ ਗਿਆ, ਔਰ 22 ਸਾਲ ਤੋਂ ਬਾਅਦ ਅਗਲੇ 50 ਸਾਲ ਅਸੀਂ ਪੈਸੇ ਕਮਾਉਣੇ ਆ, ਸਾਨੂੰ ਜਲਦੀ ਜਲਦੀ ਕਿਸ ਚੀਜ਼ ਦੀ ਹੈ। ਸੋ ਥੋੜ੍ਹਾ ਜਿਹਾ ਮਾਇੰਡ ਸੈੱਟ ਸਾਨੂੰ ਚੇਂਜ ਕਰਨਾ ਪਏਗਾ, ਥੋੜ੍ਹਾ ਜਿਹਾ ਮੈਚਿਓਰ ਮਾਇੰਡ ਸੈੱਟ ਦੇ ਨਾਲ ਜਾਣਾ ਪਏਗਾ, ਬਿਲਕੁਲ ਨਵੇਂ ਸ਼ਹਿਰ ਸਾਨੂੰ ਚੂਜ਼ ਕਰਨੇ ਪੈਣਗੇ, ਔਰ ਟੋਰੋਂਟੋ 'ਚ ਹਲੇ ਵੀ ਜੋਬਸ ਬਹੁਤ ਹੈ, ਬ੍ਰੈਮਟਨ ਨੂੰ ਥੋੜ੍ਹਾ ਅਵੋਇਡ ਕਰਨਾ ਪਏਗਾ, ਔਰ ਬ੍ਰੈਮਟਨ ਔਰ ਟੋਰੋਂਟੋ ਦੇ ਵਿੱਚ ਜਿਹੜਾ ਡਿਸਟੈਂਸ ਹੈ ਉਹ 26 ਕਿਲੋਮੀਟਰ ਦਾ ਹੈ। ਸੋ ਜੇ ਤੁਸੀਂ ਕਹੋਗੇ ਤੁਹਾਡੀ ਟੋਰੋਂਟੋ ਐਡਮਿਸ਼ਨ ਹੋ ਗਈ ਹੈ ਤੇ ਬ੍ਰੈਮਟਨ ਤੋਂ ਮੈਂ ਆਵਾਂਗਾ, ਉਹ ਮੁਸ਼ਕਲ ਹੈ, ਮੈਂ ਬ੍ਰੈਮਟਨ ਰਹਾਂਗਾ, ਬ੍ਰੈਮਟਨ 'ਚ ਮੈਂ ਕਿਸੇ ਰੈਸਟੋਰੈਂਟ 'ਤੇ ਕੰਮ ਕਰ ਲਵਾਂਗਾ, ਮੈਂ ਟੋਰੋਂਟੋ ਪੜ੍ਹਨ ਆ ਜਾਇਆ ਕਰਾਂਗਾ, ਉਹ ਜੇ 2 ਦਿਨ ਵੀ ਕਲਾਸਾਂ ਹੋਈਆਂ ਤਾਂ 2 ਦਿਨ ਦੇ ਸਮਝ ਲਓ ਕਿ ਆਪਣੇ 8 ਘੰਟੇ ਖਰਾਬ ਹੋ ਗਏ, 4 2 ਘੰਟੇ ਆਉਣਾ 2 ਘੰਟੇ ਜਾਣਾ। ਸੋ ਬੱਚਿਆਂ ਮੇਰੀ ਐਡਵਾਈਸ ਇਹੀ ਹੈ ਕਿ ਜਿੱਥੇ ਆਪਾਂ ਕਾਲਜ ਹੋਵੇ ਉਹਦੇ ਨੇੜੇ ਤੇੜੇ ਉਹਦੇ 5 ਕਿਲੋਮੀਟਰ ਦੇ ਰੇਡੀਅਸ 'ਚ ਅਸੀਂ ਆਪਣਾ ਅਕੋਮੋਡੇਸ਼ਨ ਲਈਏ, ਐਂਡ ਟਰਾਈ ਟੂ ਫਾਈਂਡ ਅਕੋਮੋਡੇਸ਼ਨ ਕੀ ਕਹਿੰਦੇ ਆ, ਟਰਾਈ ਟੂ ਫਾਈਂਡ ਅਕੋਮੋਡੇਸ਼ਨ ਇਨ ਅ ਕੈਨੇਡੀਅਨ ਫੈਮਿਲੀ, ਬਿਕੋਜ਼ ਪਤਾ ਕੀ ਹੈ ਜਦੋਂ ਆਪਾਂ ਕਿਸੇ ਕੈਨੇਡੀਅਨ ਫੈਮਿਲੀ ਆ ਜਿਹੜੇ ਉੱਥੋਂ ਦੇ ਉੱਥੇ ਰਹਿ ਰਹੇ ਹਾਂ, ਬਹੁਤ ਪੁਰਾਣੇ ਰਹਿ ਰਹੇ ਹਾਂ, ਜਦੋਂ ਆਪਾਂ ਉਹਨਾਂ ਨਾਲ ਰਵਾਂਗੇ ਸਾਨੂੰ ਇਹ ਸਾਨੂੰ ਇੱਕ ਤਾਂ ਉਹਨਾਂ ਦੇ ਕਲਚਰ ਬਾਰੇ ਪਤਾ ਲੱਗੇਗਾ, ਯਾਰ ਇਹ ਹੈਲੋਵੀਨ ਮਨਾਉਂਦੇ ਆ, ਇਹ ਕ੍ਰਿਸਮਸ ਮਨਾਉਂਦੇ ਆ, ਇਹ ਕੋਈ ਹੋਰ ਤਿਉਹਾਰ ਮਨਾਉਂਦੇ ਆ, ਠੀਕ ਹੈ, ਸੋ ਇੱਕ ਕੈਨੇਡਾ ਡੇ ਮਨਾਉਂਦੇ ਆ। ਸੋ ਆਈ ਈਵਨ ਡੋਂਟ ਨੋ ਉਹ ਇੰਨਾ ਕਲਚਰ ਜਿੰਨਾ ਕੈਨੇਡਾ ਰਹਿਣ ਵਾਲੇ ਬੰਦਿਆਂ ਨੂੰ ਪਤਾ ਹੋਣਾ, ਕਿਉਂਕਿ ਮੈਂ ਤਾਂ ਉੱਥੇ ਸਿਰਫ ਕੰਮ ਕਰਨ ਜਾਂਦਾ, ਸੋ ਮੈਂ ਬਹੁਤ ਜਲਦੀ ਜਲਦੀ ਜਾਂਦਾ ਔਰ ਜਲਦੀ ਜਲਦੀ ਮੁੜ ਕੇ ਆਉਂਦਾ। ਸੋ ਕੈਨੇਡੀਅਨ ਜਦੋਂ ਆਪਾਂ ਫੈਮਿਲੀ 'ਚ ਰਹਿੰਦੇ ਹਾਂ ਕਿ ਆਪਾਂ ਨੂੰ ਪਤਾ ਲੱਗਦਾ ਕਿ ਆਪਾਂ ਦੇ ਯਾਰ ਬੜੇ ਪਤਲੇ ਹਾਂ ਯਾਰ, ਇਹ ਤਾਂ ਠੀਕ ਹੈ, ਇਹ ਤਾਂ ਬਹੁਤ ਫਿੱਟ ਹੈ। ਸੋ ਵਟ ਦੇ ਈਟ, ਵਟ ਦੇ ਡੂ, ਹਾਊ ਮਚ ਦੇ ਐਕਸਰਸਾਈਜ਼, ਵਟ ਦੇ ਸੈਲੀਬ੍ਰੇਟ, ਹਾਊ ਦੇ ਲਿਵ। ਦੇਖੋ ਇੱਕ ਤਾਂ ਕੈਨੇਡੀਅਨ ਕਲਚਰ ਇਹ ਕਹਿੰਦਾ 7 ਤੋਂ 8 ਦੇ ਵਿੱਚ ਬ੍ਰੇਕਫਾਸਟ ਸਵੇਰੇ, ਠੀਕ ਹੈ, 12:30 ਵਜੇ ਲੰਚ ਤੇ 6 ਵਜੇ ਡਿਨਰ। ਹੁਣ ਜਦੋਂ ਅਸੀਂ ਕਿਸੇ ਮੈਂ 3 ਦਿਨ ਕਾਲਜ ਦੇ ਨਾਲ ਰਿਹਾ, ਉਹਨਾਂ ਨੇ ਸਾਡਾ ਸ਼ਡਿਊਲ ਵੀ ਇਹੀ ਰੱਖਿਆ ਸੀ, 6 ਵਜੇ ਡਿਨਰ ਕਰਕੇ ਅਸੀਂ ਵਿਹਲੇ, ਤੇ ਆਪਣਾ ਸ਼ਡਿਊਲ ਕਹਿੰਦਾ ਕਿ 10 ਤੋਂ 11 ਦੇ ਵਿੱਚ ਬ੍ਰੇਕਫਾਸਟ, 2 ਤੋਂ 3, 3:30, 4 ਵਜੇ ਤੱਕ ਰੋਟੀ, ਤੇ ਰਾਤ ਦਾ ਖਾਣਾ 9 ਤੋਂ 10 ਵਜੇ ਹੋ ਜਾਏ ਤਾਂ ਠੀਕ ਹੈ ਜੀ, ਉਸ ਤੋਂ ਲੇਟ ਵੀ ਚੱਲੇਗਾ। ਸੋ ਦੇਖੋ ਆਪਾਂ ਫਿੱਟ ਕਿੱਥੋਂ ਹੋਣਾ, ਸੋ ਜੇ ਆਪਾਂ 6 ਵਜੇ ਤੱਕ ਡਿਨਰ ਕਰ ਲਿਆ ਤਾਂ ਮੈਨੂੰ ਲੱਗਦਾ ਮੋਟਾ ਹੋ ਹੀ ਨਹੀਂ ਸਕਦਾ ਬੰਦਾ। ਦੇ ਵੇਕ ਅਪ ਲਾਈਕ 5 AM ਇਨ ਦਾ ਮਾਰਨਿੰਗ, ਐਂਡ 8 ਵਜੇ ਤਾਂ ਐਂ ਲੱਗਦਾ ਜਿਵੇਂ ਪੂਰਾ ਸ਼ਹਿਰ ਪੂਰਾ ਟਕਾਟਕ ਭਰਿਆ ਹੋਇਆ, ਸਾਰੇ ਜਿਹੜੇ ਕੰਮ ਕਰਨ ਨੂੰ ਜਾਣ ਵਾਲੇ ਉਹ ਸਾਰੇ ਨਿਕਲ ਗਏ ਆ। ਸੋ ਜਦੋਂ ਆਪਾਂ ਕਿਸੇ ਕੈਨੇਡੀਅਨ ਫੈਮਿਲੀ ਦੇ ਨਾਲ ਰਵਾਂਗੇ, ਵੀ ਵਿਲ ਲਰਨ ਲੋਟ ਆਫ ਥਿੰਗਸ ਵਿਚ ਆਰ ਯੂਜ਼ਫੁਲ ਟੂ ਅਸ ਟੂ ਸਟੇ ਇਨ ਕੈਨੇਡਾ। ਸੋ ਜੇ ਅਸੀਂ ਕੁਛ ਸਿੱਖਣਾ ਹੀ ਨਹੀਂ ਚਾਹੁੰਦੇ ਨਵੇਂ ਦੇਸ਼ 'ਚ ਆ ਕੇ, ਫਿਰ ਤੁਸੀਂ ਗਲਤ ਜਗ੍ਹਾ ਆ ਗਏ ਹੋ, ਫਿਰ ਤੁਸੀਂ ਗਲਤ ਜਗ੍ਹਾ, ਫਿਰ ਤੁਸੀਂ ਇੰਟਰਨੈਸ਼ਨਲ ਐਜੂਕੇਸ਼ਨ ਕਰਨ ਨਹੀਂ ਆਏ, ਸਿਰਫ ਤੁਸੀਂ ਪੈਸੇ ਕਮਾਉਣ ਆਏ ਹੋ, ਐਂਡ ਤੁਸੀਂ ਜਲਦੀ ਪੈਸੇ ਕਮਾਉਣ ਦੇ ਚੱਕਰ 'ਚ ਕੋਈ ਨਾ ਕੋਈ ਗਲਤੀ ਕਰ ਬੈਠੋਗੇ, ਤੁਹਾਨੂੰ ਵਾਪਸ ਵੀ ਆਉਣਾ ਪੈ ਸਕਦਾ। ਬਿਕੋਜ਼ ਦੇਖੋ ਇੰਨਾ ਬੱਚਾ ਜਦੋਂ ਪਹੁੰਚੇਗਾ, ਔਰ ਆਉਣ ਵਾਲੇ ਸਮੇਂ 'ਚ ਵੀ ਪਹੁੰਚੇਗਾ ਇੰਨਾ ਬੱਚਾ, ਤਾਂ ਕੀ ਕਹਿੰਦੇ ਆ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਦੋਂ ਦੇਣਾ ਹੋਏਗਾ ਤਾਂ ਉਹ ਬਹੁਤ ਧਿਆਨ ਦੇ ਨਾਲ ਚੈੱਕ ਕਰਨਗੇ ਤੁਸੀਂ ਪੜ੍ਹਾਈ ਕੀਤੀ, ਕਿੰਨੀ ਕੀਤੀ, ਕਿੱਦਾਂ ਕੀਤੀ, ਤੁਸੀਂ ਕਾਲਜ ਚੇਂਜ ਕੀਤਾ, ਕਿਉਂ ਕੀਤਾ, ਉੱਤੇ ਵੀ ਐਕਸਪਲੇਨੇਸ਼ਨ ਮੰਗੀ ਜਾ ਰਹੀ ਹੈ ਬੱਚਿਆਂ ਤੋਂ ਜਿਨ੍ਹਾਂ ਨੇ ਕਾਲਜ ਚੇਂਜ ਕੀਤਾ। ਸੋ ਪੀ ਆਰ ਵੇਲੇ ਵੀ ਬਹੁਤ ਕੁਛ ਧਿਆਨ ਨਾਲ ਦੇਖਿਆ ਜਾਏਗਾ। ਤੋ ਸਟੂਡੈਂਟਸ ਆਪਾਂ ਪੀ ਆਰ ਲੈਣੀ ਆ, ਆਪਾਂ ਸ਼ਾਰਟਕੱਟ ਦਾ ਜਿਹੜਾ ਰਸਤਾ ਉਹ ਨਾ ਅਪਣਾਈਏ, ਦੈਟ ਵਿਲ ਬੀ ਬੈਟਰ। ਸੋ ਸਟੂਡੈਂਟਸ, ਜਸਮੀਤ ਜੀ ਨੇ ਬਹੁਤ ਕਲੋਜ਼ਲੀ ਦੇਖਿਆ ਕੈਨੇਡਾ ਦੇ ਹਾਲਾਤ ਰੀਸੈਂਟਲੀ ਜਿਹੜਾ ਹੋ ਕੇ ਆਏ ਨੇ, ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ, ਇੱਕ ਦਿਨ ਦੇ ਲਾਈਵ ਸੈਸ਼ਨ 'ਚ ਅਸੀਂ ਸ਼ਾਇਦ ਉਹ ਸਾਰੀਆਂ ਚੀਜ਼ਾਂ ਕਵਰ ਨਾ ਕਰ ਸਕੀਏ। ਸੋ ਆਉਣ ਵਾਲੇ ਲਾਈਵ ਸੈਸ਼ਨ ਦੇ ਵਿੱਚ ਆਪਾਂ ਕਰੰਟ ਟੌਪਿਕ ਤਾਂ ਡਿਸਕਸ ਕਰਿਆ ਹੀ ਕਰਾਂਗੇ, ਤੁਹਾਡੇ ਕਮੈਂਟਸ ਦੇ ਵੀ ਜਵਾਬ ਦੇਵਾਂਗੇ, ਬਟ ਨਾਲ ਦੀ ਨਾਲ
ਇਹ ਨੌਲੇਜ ਵੀ ਫਸਟ ਹੈਂਡ ਨੌਲੇਜ ਹੈ ਜਿਹੜੀ ਗਰਾਊਂਡ ਰਿਐਲਿਟੀ ਹੈ ਉਹ ਵੀ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਤਾਂ ਕਿ ਤੁਹਾਡਾ ਮੋਰਾਲ ਵੀ ਬਣਿਆ ਰਵੇ ਤੇ ਕਈ ਜਿਹੜੀ ਨੈਗੇਟਿਵ ਪਬਲਿਸਿਟੀ ਹੈ ਰਿਊਮਰਸ ਨੇ ਉਹਨਾਂ ਨੂੰ ਵੀ ਕਲੈਰੀਫਾਈ ਕੀਤਾ ਜਾ ਸਕੇ ਸੋ ਜਸਮੀਤ ਜੀ ਬਹੁਤ ਸਾਰੇ ਕਮੈਂਟ ਵੀ ਨੇ ਜਿਹੜੇ ਵੇਟ ਕਰ ਰਹੇ ਨੇ ਤੁਹਾਡੇ ਰਿਪਲਾਈ ਦਾ ਸੋ ਪਹਿਲੀ ਗੱਲ ਤਾਂ ਸੀਏਕਿਊ ਦੇਖੋ ਜੇ ਡਿਲੇ ਹੈਗਾ ਤਾਂ ਕਈ ਵਾਰੀ ਜ਼ਿਆਦਾ ਟਾਈਮ ਲੱਗ ਜਾਂਦਾ ਸੀਏਕਿਊ 'ਚ ਕੋਈ ਟੈਨਸ਼ਨ ਨਾ ਲਓ ਕੋਈ ਪ੍ਰੋਬਲਮ ਨਹੀਂ ਹੈਗੀ ਹੈ ਔਰ ਤੀ ਚੀਜ਼ ਹੈ ਦੇਖੋ ਹੁਣ 15 ਸਪਤੰਬਰ ਨੂੰ ਤੁਹਾਡਾ ਹਲੇ ਤੁਸੀਂ ਲੌਜ ਕੀਤੀ ਫਾਈਲ ਤੇ ਆਪਾਂ 2 ਹਫ਼ਤੇ ਹੀ ਹੋਏ ਹਾਂ 30 ਡੇਜ਼ ਦਾ ਟਾਈਮ ਤਾਂ ਹੈਗਾ ਹੀ ਹੈ ਤਾਂ ਇਸ ਚੀਜ਼ 'ਤੇ ਵੀ ਆਪਾਂ ਜ਼ਿਆਦਾ ਟੈਨਸ਼ਨ ਨਾ ਲਈਏ ਤਾਂ ਵੀ ਮੈਨੂੰ ਲੱਗਦਾ ਕਿ ਕੋਈ ਐਡੀ ਗੱਲ ਨਹੀਂ ਹੈਗੀ ਸੈਕਿੰਡਲੀ ਕੀ ਕਹਿੰਦੇ ਆ ਇੱਕ ਸੈਕਿੰਡ ਹੋਰ ਸੀਏਕਿਊ ਵਾਲਾ ਸਵਾਲ ਅਸੀਂ ਲੈ ਲਿਆ 12 ਸਪਤੰਬਰ ਨੂੰ ਦੁਬਈ ਆ ਗਿਆ ਸੀ 1 ਅਕਤੂਬਰ ਨੂੰ ਹੋ ਜਾਣਾ ਹੁਣ ਵੀਜ਼ਾ ਸਟੈਂਪ ਹੋ ਜੂ ਕੋਈ ਪ੍ਰੋਬਲਮ ਨਹੀਂ ਹੈ ਹੋ ਜਾਏਗੀ ਵੀਜ਼ਾ ਸਟੈਂਪ ਤਾਂ ਹਾਂਜੀ ਸਾਰੇ ਐਸ ਡੀ ਐਸ ਚ ਆਉਣ ਲੱਗ ਪਏ ਸੋ ਪੀ ਟੀ ਈਜ਼ ਅੰਡਰ ਐਸ ਡੀ ਐਸ 8 ਸਪਤੰਬਰ ਲੌਜ ਕੀਤੀ ਸੀ ਵੀਜ਼ਾ ਆਜੂਗਾ 1 ਰਿਫਿਊਜ਼ਲ ਆਜੂਗਾ ਸੇਂਟ ਕੇਅਰ ਵਿੰਡਸਰ ਇੱਕ ਪਬਲਿਕ ਕਾਲਜ ਹੈਗਾ ਐਂਡ ਕੋਈ ਪ੍ਰੋਬਲਮ ਨਹੀਂ ਹੈਗੀ ਹਾਂਜੀ ਤੁਹਾਡੀ ਫਾਈਲ ਦੇਖ ਰਹੇ ਹਾਂ ਚੰਗੀ ਤਰ੍ਹਾਂ ਸਟੱਡੀ ਕਰ ਰਹੇ ਹਾਂ ਔਰ ਤੁਹਾਨੂੰ ਵੀ ਮੇਰੇ ਹਿਸਾਬ ਨਾਲ ਅਸੀਂ ਪੜ੍ਹਨ ਨੂੰ ਭੇਜੀ ਹੋਈ ਹੈ ਫਾਈਲ ਡੈਫੀਨੇਟਲੀ ਉੱਤੇ ਚੰਗੀ ਤਰ੍ਹਾਂ ਧਿਆਨ ਦੇ ਕੇ ਅਸੀਂ ਕਰਾਂਗੇ ਅਤੇ ਔਰ ਸੇਂਟ ਕੇਅਰ ਵਿੰਡਸਰ ਇੱਕ ਪਬਲਿਕ ਕਾਲਜ ਹੈਗਾ ਕੋਈ ਪ੍ਰੋਬਲਮ ਨਹੀਂ ਹੈਗੀ ਇਟਸ ਅ ਵੈਰੀ ਵੈਰੀ ਗੁੱਡ ਕਾਲਜ 60 ਸਾਲ ਤੋਂ ਵੀ ਪੁਰਾਣਾ ਕਾਲਜ ਹੈਗਾ ਸੋ ਡੋਂਟ ਵਰੀ ਗੋ ਹੈਡ ਵਿਦ ਸੇਂਟ ਕੇਅਰ ਵਿੰਡਸਰ ਨੋਟ ਅ ਪ੍ਰੋਬਲਮ ਆਹੀ ਸਵਾਲ ਸੀ ਦੀਪਕ ਮੈਂ ਸਾਰੇ ਲੈ ਲਏ ਆ ਔਰ ਜੇ ਸਟੂਡੈਂਟਸ ਜੀ ਤੁਸੀਂ ਕਈ ਸਾਰੇ ਪ੍ਰੋਵਿੰਸ ਜੀ ਸਰ ਸੈਮੀਨਾਰ ਦੀ ਸਕਰੋਲ ਮੈਂ ਟੀਮ ਨੂੰ ਕਹਾਂਗਾ ਇੱਕ ਵਾਰੀ ਚਲਾ ਦਈਏ ਕੱਲ ਸਾਡਾ ਸੈਮੀਨਾਰ ਹੈ 29 ਸਪਤੰਬਰ ਨੂੰ JW ਮੈਰੀਅਟ ਹੋਟਲ ਚੰਡੀਗੜ੍ਹ 'ਚ ਜਿਹਦੇ 'ਚ ਮੈਂ ਮੌਜੂਦ ਰਵਾਂਗਾ ਐਂਡ ਇਸ ਸੈਮੀਨਾਰ ਦੇ ਅੰਦਰ ਸੂ ਕਾਲਜ ਦੇ ਰਿਪ੍ਰੈਜੈਂਟੇਟਿਵ ਸਾਡੇ ਨਾਲ ਹੋਣਗੇ ਮਿਸਟਰ ਉਪਿੰਦਰ ਚੌਧਰੀ ਮਿਸਟਰ ਨਕੁਲ ਫਰੋਮ ਲਸਾਲ ਕਾਲਜ ਸਾਡੇ ਨਾਲ ਹੋਣਗੇ ਕੱਲ JW ਮੈਰੀਅਟ ਚੰਡੀਗੜ੍ਹ ਵਿੱਚ ਕਿਆਨੋ ਕਾਲਜ ਅਲਬਰਟਾ ਤੋਂ ਮਿਸਟਰ ਸਾਹਿਲ ਸਾਡੇ ਨਾਲ ਹੋਣਗੇ ਯੂਨੀਵਰਸਿਟੀ ਕੈਨੇਡਾ ਵੈਸਟ ਤੋਂ ਮਿਸਟਰ ਸੌਰਭ ਸਾਡੇ ਨਾਲ ਹੋਣਗੇ ਇਸ ਸੈਮੀਨਾਰ 'ਚ ਸਸਕੈਚੁਅਨ ਪੋਲੀਟੈਕਨਿਕ ਜਿਹੜਾ ਕਿ ਹੁਣ 2 ਅਕਤੂਬਰ ਨੂੰ ਸਪਟੈਂਬਰ 24 ਲਈ ਓਪਨ ਹੋਣ ਵਾਲਾ ਹੈ ਔਰ ਸਸਕੈਚੁਅਨ ਪੋਲੀਟੈਕਨਿਕ ਦੀ ਬਹੁਤ ਡਿਮਾਂਡ ਹੈ ਉੱਥੋਂ ਦੇ ਰੈਪ੍ਰਜੈਂਟੇਟਿਵ ਮਿਸਟਰ ਸੁਸ਼ੀਲ ਸੈਲੀ ਸਾਡੇ ਨਾਲ ਹੋਣਗੇ ਨਾਰਥ ਆਈਲੈਂਡ ਕਾਲਜ ਤੋਂ ਰੈਪ੍ਰਜੈਂਟੇਟਿਵ ਨੀਰਜ ਮਲਿਕ ਸਾਡੇ ਨਾਲ ਹੋਣਗੇ ਕਾਲਜ ਆਫ ਦ ਰੌਕੀ ਨਾਰਥ ਆਈਲੈਂਡ ਕਾਲਜ ਬਹੁਤ ਹਾਈ ਡਿਮਾਂਡ 'ਚ ਹੈ ਕਿਉਂਕਿ ਉਹ ਸ਼ਹਿਰ 'ਚ ਬਹੁਤ ਸਾਰੀਆਂ ਜੋਬਸ ਹੈ ਸੋ ਬਹੁਤ ਜੋਬਸ ਹੈਗੀਆਂ ਔਰ ਉਹ ਵੀ ਸਾਡੇ ਨਾਲ ਹੋਣਗੇ ਕਾਲਜ ਆਫ ਦ ਰੌਕੀਜ਼ ਕ੍ਰੈਨਬਰੁੱਕ 'ਚ ਹੈ ਔਰ ਇੱਥੇ ਵੀ ਬੱਚਿਆਂ ਦਾ ਫੀਡਬੈਕ ਇੱਦਾਂ ਦਾ ਹੈਗਾ ਕਿ $20 ਤਾਂ ਨੋਰਮਲੀ ਜੋਬ ਮਿਲੀ ਰਹੀ ਹੈ ਅਰਚਿਤਾ ਇੱਥੋਂ ਦੇ ਮੈਨੇਜਰ ਸਾਡੇ ਨਾਲ ਹੋਣਗੇ ਔਰ ਕਿਆਨੋ ਕਾਲਜ ਬਾਰੇ ਵੀ ਦੱਸਾਂ ਤਾਂ $22 ਤੇ ਬੱਚਿਆਂ ਨੂੰ ਜਾਂਦਿਆਂ ਹੀ ਨੌਕਰੀਆਂ ਮਿਲੀਆਂ ਵਾਲਮਾਰਟ ਵਰਗੇ ਵਾਲਮਾਰਟ ਮਾਰਕਸ ਕਾਫੀ ਜਗ੍ਹਾ ਤੇ ਜਿੱਥੇ ਬੱਚਿਆਂ ਨੂੰ ਜੋਬ ਮਿਲੀਆਂ ਸੇਂਟ ਥਾਮਸ ਯੂਨੀਵਰਸਿਟੀ ਕੈਨੇਡਾ ਦੇ ਰਿਪ੍ਰੈਜੈਂਟੇਟਿਵ ਮਿਸਟਰ ਕਾਰਤਿਕ ਸਾਡੇ ਨਾਲ ਹੋਣਗੇ ਨਿਊ ਬਰੂਨਸਵਿਕ ਚ ਯੂਨੀਵਰਸਿਟੀ ਮਾਊਂਟ ਸੇਂਟ ਵਿਨਸੈਂਟ ਯੂਨੀਵਰਸਿਟੀ ਦੇ ਰਿਪ੍ਰੈਜੈਂਟੇਟਿਵ ਮਿਸ ਐਨੀ ਸਾਡੇ ਨਾਲ ਹੋਣਗੇ ਔਰ ਪੋਟਾਜ ਕਾਲਜ ਤੋਂ ਮਿਸਟਰ ਚੇਤਨ ਸਾਡੇ ਨਾਲ ਹੋਣਗੇ ਠੀਕ ਹੈ ਐਂਡ ਨਿਪ ਸਿੰਘ ਯੂਨੀਵਰਸਿਟੀ ਤੋਂ ਮਿਸ ਹਿਮਾਨੀ ਸਾਡੇ ਨਾਲ ਹੋਣਗੇ ਨਾਰਦਰਨ ਲਾਈਟਸ ਕਾਲਜ ਤੋਂ ਮਿਸ ਐਸ਼ਵਰਿਆ ਸਾਡੇ ਨਾਲ ਹੋਣਗੇ ਕੈਪੀਲੈਨੋ ਯੂਨੀਵਰਸਿਟੀ ਤੋਂ ਮਿਸ ਗੌਰੀ ਸਾਡੇ ਨਾਲ ਹੋਣਗੇ ਯੂਨੀਵਰਸਿਟੀ ਫਰੇਜ਼ਰ ਵੈਲੀ ਤੋਂ ਕੈਨੇਡਾ ਬ੍ਰਿਟਿਸ਼ ਕੋਲੰਬੀਆ ਤੋਂ ਮਿਸਟਰ ਸੰਜੀਵ ਸਾਡੇ ਨਾਲ ਹੋਣਗੇ ਹਰਜ਼ਿੰਗ ਯੂਨੀਵਰਸਿਟੀ USA ਤੋਂ ਮਿਸ ਮਾਨਸੀ ਸਾਡੇ ਨਾਲ ਹੋਣਗੇ ਵੈਬਸਟਰ ਯੂਨੀਵਰਸਿਟੀ USA ਮਿਸਟਰ ਪੰਕਜ ਸੁੰਗਨੇਜਾ ਸਾਡੇ ਨਾਲ ਹੋਣਗੇ ਮੌਂਟੈਨਾ ਸਟੇਟ ਯੂਨੀਵਰਸਿਟੀ ਮਿਸ ਰਿਤਿਕਾ USA ਪੈਸੀਫਿਕ ਸਟੇਟ ਯੂਨੀਵਰਸਿਟੀ ਮਿਸਟਰ ਸਾਹਿਲ USA ਯੂਨੀਵਰਸਿਟੀ ਆਫ ਯੂਰਪ ਮਿਸ ਅੰਜੂ ਚੋਪੜਾ ਜਰਮਨੀ ਐਂਡ ਡਾਇਲਨ ਕੋਲੋ ਗਿਜ਼ਮਾ ਤੋਂ ਕੀ ਕਹਿੰਦੇ ਆ ਜਰਮਨੀ ਤੋਂ ਸਾਡੇ ਨਾਲ ਹੋਣਗੇ ਸੋ ਮੈਨੂੰ ਲੱਗਦਾ ਕਿ ਸਟੂਡੈਂਟਸ ਲਈ
ਆਸਟ੍ਰੇਲੀਆ ਤੋਂ ਵੀ ਮਿਸ ਨਿਪੁਨ ਫਰੋਮ ਫੈਡਰੇਸ਼ਨ ਯੂਨੀਵਰਸਿਟੀ ਵੀ ਕੱਲ ਮੌਜੂਦ ਹੋਣਗੇ ਸੋ ਆਸਟ੍ਰੇਲੀਆ ਜਰਮਨੀ USA ਕੈਨੇਡਾ ਦੇ ਰਿਪ੍ਰੈਜ਼ੈਂਟੇਟਿਵ ਸਾਡੇ ਨਾਲ ਬਣੇ ਰਹਿਣਗੇ ਅਗਲੇ 3 ਦਿਨ ਲਈ 29 ਸਪਟੰਬਰ ਨੂੰ JW ਮੈਰੀਅਟ ਐਂਡ 30 ਸਪਟੰਬਰ ਨੂੰ ਲੁਧਿਆਣਾ ਹੋਟਲ ਪਾਰਕ ਪਲਾਜ਼ਾ 1 ਅਕਤੂਬਰ ਨੂੰ ਹੋਟਲ ਮਾਇਆ ਜਲੰਧਰ 'ਚ ਸਾਡਾ ਸੈਮੀਨਾਰ ਇਹਨਾਂ ਤਿੰਨਾਂ ਸੈਮੀਨਾਰ 'ਚ ਮੈਂ ਕੀ ਕਹਿੰਦੇ ਮੌਜੂਦ ਰਵਾਂਗਾ ਔਰ ICICI ਬੈਂਕ ਕੈਨੇਡਾ ਤੋਂ ਰਿਪ੍ਰੈਜ਼ੈਂਟੇਟਿਵ ਹੋਣਗੇ GIC ਅਕਾਊਂਟਸ ਦੇ ਲਈ ਬੈਂਕ ਆਫ ਮੋਂਟਰੀਆਲ ਤੋਂ ਕੀ ਕਹਿੰਦੇ ਕੈਨੇਡਾ ਤੋਂ ਟਰੈਵਲ ਕਰ ਰਹੇ ਨੇ GIC ਅਕਾਊਂਟਸ ਦੇ ਲਈ ਬੈਂਕ ਆਫ ਮੋਂਟਰੀਆਲ ਤੋਂ ਇਸ ਤੋਂ ਇਲਾਵਾ CIBC ਬੈਂਕ ਤੋਂ ਵੀ ਸਾਡੇ ਨਾਲ ਹੋਣਗੇ ਐਂਡ SBI ਬੈਂਕ ਐਜੂਕੇਸ਼ਨ ਲੋਨ ਵਾਸਤੇ ਸਟੂਡੈਂਟਸ ਨੂੰ ਗਾਈਡ ਕਰਨਗੇ ਕੈਨੇਡਾ ਜਾਣ ਵਾਸਤੇ ਸੋ ਸਟੂਡੈਂਟਸ ਮੈਨੂੰ ਲੱਗਦਾ ਕਿ ਐਜੂਕੇਸ਼ਨ ਲੋਨ ਬਾਰੇ ਵੀ ਇੱਕ ਨਿਊਜ਼ ਚੱਲੀ ਹੈ ਕਿ ਬੈਂਕਾਂ ਨੇ ਲੋਨ ਦੇਣੇ ਕੀਤੇ ਬੰਦ ਸੋ ਮੈਨੂੰ ਇਹ ਵੀ ਇੱਕ ਨਿਊਜ਼ ਸਹੀ ਨਹੀਂ ਹੈਗੀ ਕਿਉਂਕਿ ਦੇਖੋ ਇੰਡੀਆ 'ਚ ਜਿਹੜੇ ਨਿਊਜ਼ ਬਣਾਉਂਦੇ ਆ ਨਾ ਇਹ ਸਿਰਫ ਨਿਊਜ਼ ਲਈ ਕੰਮ ਕਰਦੇ ਆ ਇਹ ਕੀ ਕਹਿੰਦੇ ਆ ਗਾਈਡੈਂਸ ਤਾਂ ਕੀ ਦੇਣੀ ਕਿਸੇ ਨੇ ਮਿਸਗਾਈਡੈਂਸ ਲਈ ਕੰਮ ਹੋ ਜਾਂਦਾ ਸੋ ਉਹ ਕੋਈ ਕਹਿੰਦਾ ਜੀ ਐਜੂਕੇਸ਼ਨ ਲੋਨ ਬੰਦ ਹੋ ਗਏ ਕੋਈ ਕਹਿੰਦਾ ਜੀ ਕੈਨੇਡਾ ਦੀਆਂ ਫਲਾਈਟਾਂ ਬੰਦ ਹੋ ਗਈਆਂ ਮੈਨੂੰ ਕੋਈ ਪੁੱਛਦਾ ਕਿ ਤੁਸੀਂ ਕਿੱਦਾਂ ਆ ਗਏ ਕੈਨੇਡਾ ਤੋਂ ਫਲਾਈਟ ਪਲੇਨ ਚੱਲ ਰਹੇ ਨੇ ਸੋ ਅੱਜ ਦੀ ਡੇਟ 'ਚ ਵੀ ਘੱਟੋ ਘੱਟ ਨਹੀਂ ਤਾਂ 20 ਜਹਾਜ਼ ਕੀ ਕਹਿੰਦੇ ਆ ਮੈਂ ਕਹਾਂਗਾ ਕਿ ਕੈਨੇਡਾ ਤੋਂ ਆ ਰਹੇ ਨੇ ਸੋ ਘੱਟੋ ਘੱਟ ਡੇਲੀ ਲੈਂਡਿੰਗ 20 ਕੀ ਕਹਿੰਦੇ ਆ ਏਅਰਕ੍ਰਾਫਟ ਦੀ ਹੈਗੀ ਆ ਜਿਹੜੀਆਂ ਕੈਨੇਡਾ ਤੋਂ ਆਉਂਦੀਆਂ ਸੋ ਸਟੂਡੈਂਟਸ ਇਸ ਚੀਜ਼ ਨੂੰ ਅਸੀਂ ਕੀ ਕਹਿੰਦੇ ਆ ਐਵੇਂ ਮਜ਼ਾਕ ਇੱਦਾਂ ਸੀਰੀਅਸਲੀ ਲਈਏ ਕਿ ਜਿਹੜਾ ਦੇਖੋ ਪੋਲੀਟੀਕਲ ਮੁੱਦਾ ਉਹਦੇ ਬਾਰੇ ਕੋਈ ਵੀ ਕਮੈਂਟ ਨਹੀਂ ਕਰ ਸਕਦਾ ਬਟ ਜੇ ਨਿਊਜ਼ ਬਣਾਉਣੀ ਹੋਵੇ ਔਰ ਆਪਣਾ ਅਸੀਂ ਜੇ ਅੱਜ ਵਾਇਰਲ ਕਰਨਾ ਹੋਵੇ ਦੀਪਕ ਅਸੀਂ ਵੀ 10 ਚੀਜ਼ਾਂ ਕਹਿ ਸਕਦੇ ਹਾਂ ਬਟ ਰਿਐਲਿਟੀ ਦੱਸਣੀ ਇੱਕ ਬਹੁਤ ਜ਼ਿਆਦਾ ਜ਼ਰੂਰੀ ਹੈ ਬੱਚਿਆਂ ਨੂੰ ਵਾਕਫ ਕਰਾਉਣਾ ਦੇਖੋ ਮੈਂ ਬਹੁਤ ਸਾਰੇ ਵੀਡੀਓਜ਼ ਬਣਾਏ ਆ ਵੈਦਰ 'ਤੇ ਵੀਡੀਓ ਬਣਾਇਆ ਅਕੋਮੋਡੇਸ਼ਨ 'ਤੇ ਵੀਡੀਓਜ਼ ਬਣਾਏ ਆ ਮੇਰੇ ਇੰਸਟਾਗ੍ਰਾਮ ਚੈਨਲ 'ਤੇ ਸੋ ਹੋਰ ਵੀ ਜੋਬਸ 'ਤੇ ਵੀਡੀਓ ਬਣਾਏ ਆ PR 'ਤੇ ਵੀਡੀਓ ਬਣਾਏ ਆ ਸਕਿੱਲਸ 'ਤੇ ਵੀਡੀਓ ਬਣਾਏ ਅਸੀਂ ਵੀ ਰੋਜ਼ ਬਣਾਉਂਦੇ ਹਾਂ ਦੀਪਕ ਔਰ ਆਪਾਂ ਵੀ ਜਦੋਂ ਵੀਡੀਓ ਸ਼ੂਟ ਕਰਦੇ ਹਾਂ ਅਸੀਂ ਵੀ ਕੋਈ ਮਸਾਲਾ ਪਾ ਕੇ ਵੀਡੀਓ ਸ਼ੂਟ ਕਰਨਾ ਨਹੀਂ ਆਉਂਦਾ ਸਾਨੂੰ ਸੋ ਅਸੀਂ ਰਿਐਲਿਟੀ 'ਚ ਜੋ ਬੱਚਿਆਂ ਦਾ ਫਾਇਦਾ ਹੋ ਸਕਦਾ ਜਿਹਦੇ ਨਾਲ ਇੱਕ ਬੱਚਿਆਂ ਨੂੰ ਉੱਥੇ ਜਾ ਕੇ ਕੰਮ ਮਿਲ ਸਕਦਾ ਬੱਚੇ ਸੈਟਲ ਹੋ ਸਕਦੇ ਆ ਉਹਦੇ ਬਾਰੇ ਹੀ ਅਸੀਂ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹੁੰਦੇ ਹਾਂ ਔਰ ਜੇ ਕੰਮ ਦੀ ਗੱਲ ਕਰੀਏ ਤਾਂ ਸਟੂਡੈਂਟਸ ਔਰ PR ਦੀ ਗੱਲ ਕਰੀਏ ਤਾਂ ਸਕਿੱਲਸ 'ਚ ਸਕਿੱਲਸ ਵਰਗੇ ਪ੍ਰੋਗਰਾਮ ਟ੍ਰੇਡ ਟੈਕਨੋਲੋਜੀ ਦੇ ਪ੍ਰੋਗਰਾਮ 'ਚ ਇੰਨੀ ਕੁ ਜੋਬ ਹੈ ਤੁਸੀਂ ਸੋਚ ਵੀ ਨਹੀਂ ਸਕਦੇ ਨਰਸਿੰਗ ਦਾ ਕੱਲ ITA ਕੀ ਕਹਿੰਦੇ ਆ ਹੋਏ ਆ ਰਿਲੀਜ਼ 350 CRS ਸਕੋਰ 'ਤੇ ਸੋ ਨਰਸਿੰਗ ਵਾਲਿਆਂ ਨੂੰ 350 CRS ਸਕੋਰ 'ਤੇ PR ਦੇ ਰਿਹਾ ਕੈਨੇਡਾ ਜਿਹਨਾਂ ਨੇ ਮਕੈਨੀਕਲ ਇੰਜੀਨੀਅਰ ਉਹਨਾਂ ਨੂੰ 380 ਦੇ ਇਨਵੀਟੇਸ਼ਨ ਆਏ ਆ PR ਦੇ ਸੋ ਸਟੂਡੈਂਟਸ ਜਿਹੜੇ ਟ੍ਰੇਡ ਟੈਕਨੋਲੋਜੀ ਰਿਲੇਟਡ ਕੋਰਸਿਸ ਆ ਉਹ ਪਲੀਜ਼ ਕਰੋ ਉੱਥੇ ਜਾ ਕੇ ਈਜ਼ੀ ਵੇ ਆਊਟ ਨਾ ਲੱਭੋ ਆਪਾਂ ਨਾਲੇ 2-3 ਸਾਲ ਜੇ ਮਿਹਨਤ ਕਰ ਲਈਏ ਤਾਂ ਆਪਾਂ ਸਾਰੀ ਜ਼ਿੰਦਗੀ ਆਪਣੀ ਵਧੀਆ ਕਰ ਸਕਦੇ ਹਾਂ ਸੋ ਇਟ ਇਜ਼ ਵੈਰੀ ਵੈਰੀ ਕੀ ਕਹਿੰਦੇ ਆ ਸੈਡ ਕਿ ਆਪਾਂ ਜਿੱਦਾਂ ਉਹਨੂੰ ਪ੍ਰੋਜੈਕਟ ਕਰ ਰਹੇ ਹਾਂ ਦੈਟ ਇਜ਼ ਨੋਟ ਐਟ ਆਲ ਵੀ ਸ਼ੁੱਡ ਹੈਵ ਦੈਟ ਇਨ ਮਾਇੰਡ ਐਂਡ ਸਾਡੀ ਜਿਹੜੀ ਐਕਸਪੈਕਟੇਸ਼ਨ ਉਹਨੂੰ ਆਪਾਂ ਸਹੀ ਕਰੀਏ ਤਾਂ ਇਟ ਵਿਲ ਬੀ ਬੈਟਰ ਸੋ ਜਸਮੀਤ ਜੀ ਆਈ ਬਿਲੀਵ ਕਿ ਤੁਸੀਂ ਕੁਝ ਉਹਨਾਂ ਚੁਣਿੰਦਾ ਕੰਸਲਟੈਂਟਸ ਦੇ ਵਿੱਚੋਂ ਜਿਹੜੇ ਖੁਦ ਕੈਨੇਡਾ ਜਾਂਦੇ ਨੇ ਤੇ ਰੈਗੂਲਰ ਬੇਸਿਸ ਤੇ ਜਾਂਦੇ ਨੇ ਤੁਸੀਂ ਕਿੰਨੀ ਵਾਰੀ ਕੈਨੇਡਾ ਜਾਇਆ ਹੈ ਪਤਾ ਨਹੀਂ ਹੋਣਾ ਉਹਦੇ ਲਈ ਆਪਣਾ ਪਾਸਪੋਰਟ ਚੈੱਕ ਕਰਨਾ ਪੈਣਾ ਸੋ ਤੁਸੀਂ ਮੰਨਦੇ ਹੋ ਕਿ ਬਹੁਤ ਵੈਲਿਊਏਬਲ ਇਨਸਾਈਟਸ ਲੈ ਕੇ ਆਉਂਦੇ ਹੋ ਜਦੋਂ ਵੀ ਕੈਨੇਡਾ ਲੈ ਕੇ ਆਉਂਦੇ ਹੋ ਜਾ ਕੇ ਆਉਂਦੇ ਹੋ ਤੇ ਸਟੂਡੈਂਟ ਨੂੰ ਕਿਵੇਂ ਤੁਹਾਨੂੰ ਲੱਗਦਾ ਹੈ ਤੁਸੀਂ ਹੈਲਪ ਕਰ ਪਾਉਂਦੇ ਹੋ ਜਦੋਂ ਤੁਸੀਂ ਕੈਨੇਡਾ ਤੋਂ ਵਾਪਸ ਆਉਂਦੇ ਤੁਸੀਂ ਦੇਖੋ ਮੈਂ ਤੁਹਾਨੂੰ ਦੱਸਦਾ ਜੀ ਭਗਤ ਜਿਵੇਂ ਹੁਣ RNIP ਜਿਹੜਾ ਇੱਕ ਪ੍ਰੋਗਰਾਮ ਸੀ ਨਾ ਉਹ ਕਿਸੇ ਨੂੰ ਪਤਾ ਹੀ ਨਹੀਂ ਸੀ ਜਦੋਂ ਮੈਂ ਉਹਦੇ ਬਾਰੇ ਡਿਸਕਸ਼ਨ ਕੀਤੀ ਰੀਜਨਲ ਨਾਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਮੈਂ 2019 'ਚ ਲਾਂਚ ਹੋਇਆ ਸੀ ਔਰ 2019 'ਚ ਮੈਂ ਸਟੂਡੈਂਟਸ ਨੂੰ ਉਹਦੇ ਬਾਰੇ ਦੱਸਿਆ ਔਰ ਜਦੋਂ ਮੈਂ ਦੱਸਿਆ ਉਦੋਂ ਸਾਰੇ ਹੀ ਕਹਿਣ ਲੱਗ ਗਏ ਕਿ ਹਾਂਜੀ RNIP ਪ੍ਰੋਗਰਾਮ ਹੈ RNIP ਪ੍ਰੋਗਰਾਮ ਹੈ ਸੋ RNIP ਪ੍ਰੋਗਰਾਮ ਜਦੋਂ ਸੀ ਉਦੋਂ ਸਟੂਡੈਂਟਸ ਨੇ ਉਹਦਾ ਲਾਭ ਵੀ ਚੱਕਿਆ ਹੋਣਾ ਜਿਹੜੇ ਬੱਚੇ ਉਹਨਾਂ ਸ਼ਹਿਰਾਂ 'ਚ ਗਏ ਉਹਨਾਂ ਨੂੰ PR ਵੀ ਮਿਲੀ ਹੋਣੀ ਹੈ ਸੋ RNIP ਦੇ ਅੰਡਰ ਕੈਨੇਡਾ ਨੇ 10-12 ਸ਼ਹਿਰ ਸ਼ਾਰਟਲਿਸਟ ਕੀਤੇ ਸੀ ਪੂਰੇ ਕੈਨੇਡਾ 'ਚ ਓਨਟਾਰੀਓ ਵਿੱਚ ਵੀ ਉਹਦੇ 'ਚ ਸ਼ਹਿਰ ਹੈਗੇ ਸੀ ਔਰ ਹੱਲੇ ਵੀ ਸਟੂਡੈਂਟਸ ਉਹਦਾ ਫਾਇਦਾ ਉਠਾ ਸਕਦੇ ਨੇ ਹੱਲੇ ਵੀ ਸਟੂਡੈਂਟਸ ਉਹਦਾ ਲਾਭ ਉਠਾ ਸਕਦੇ ਨੇ ਬਿਕੋਜ਼ RNIP 'ਚ PR ਲੈਣੀ ਕਿਤੇ ਨਾ ਕਿਤੇ ਆਸਾਨ ਹੈਗੀ ਹੈ ਔਰ ਸੈਕਿੰਡਲੀ ਹੁਣ ਦੇਖੋ ਜਿਵੇਂ ਮੈਂ ਐਤਕੀ ਇੱਕ ਨਵੇਂ ਸ਼ਹਿਰ ਗਿਆ ਜਿਹੜੇ ਮੈਨੂੰ 4 ਸਾਲ ਤੋਂ ਕਹਿ ਰਹੇ ਸੀ ਕਿ ਤੁਸੀਂ ਸਾਡੇ ਕਾਲਜ ਵਿਜ਼ਿਟ ਕਰੋ ਐਂਡ ਇਸ ਕਾਲਜ 'ਤੇ ਥੋੜ੍ਹਾ ਧਿਆਨ ਦਿਓ ਸੋ ਕਿਆਨੋ ਕਾਲਜ ਅੱਜ ਦੀ ਡੇਟ 'ਚ ਬਿਲਕੁਲ ਹੀ ਬੂਮ 'ਤੇ ਹੈ ਬਹੁਤ ਜ਼ਿਆਦਾ ਸੈਲਿੰਗ ਹੋ ਰਹੀ ਕਿਆਨੋ ਕਾਲਜ ਦੀ ਐਂਡ ਬਹੁਤ ਹਾਈ ਡਿਮਾਂਡ 'ਤੇ ਪਹਿਲੀ ਗੱਲ ਤਾਂ ਅਲਬਰਟਾ 'ਚ ਹੈ ਬਟ
ਅਲਬਰਟਾ ਚ ਵੀ ਕੈਲਗਰੀ ਐਡਮਿੰਟਨ ਇੰਨਾ ਵਧੀਆ ਨਹੀਂ ਹੈਗਾ ਬੱਚਿਆਂ ਲਈ ਜਾਣਾ ਜਿੰਨਾ ਕਿਆਨੋ ਕਾਲਜ ਜਾਣਾ ਵਧੀਆ ਹੈਗਾ ਫੋਰਟ ਮੈਕਮੂਰੇ ਚ ਜਾਣਾ ਵਧੀਆ ਹੈਗਾ ਬਿਕੋਜ਼ ਕਿਆਨੋ ਕਾਲਜ ਜਿਹੜਾ ਸ਼ਹਿਰ ਹੈ ਦੈਟ ਇਜ਼ ਵੈਰੀ ਵੈਰੀ ਰਿਚ ਸਿਟੀ ਪੈਸਾ ਬਹੁਤ ਹੈ ਔਰ ਕੀ ਕਹਿੰਦੇ ਦੁਨੀਆ ਦਾ ਤੀਜਾ ਬਿਗੈਸਟ ਦੁਨੀਆ ਦਾ ਕੈਨੇਡਾ ਦਾ ਨਹੀਂ ਕੈਨੇਡਾ ਦਾ ਤਾਂ ਬਿਗੈਸਟ ਆਇਲ ਰਿਜ਼ਰਵ ਇਨ ਆਇਲ ਸੈਂਡਸ ਉੱਥੇ ਜਿੰਨੀ ਮਿੱਟੀ ਹੈਗੀ ਹੈ ਉਹ ਸਾਰੀ 'ਚ ਆਇਲ ਹੈ ਸਭ ਤੋਂ ਦੁਨੀਆ ਦਾ ਥਰਡ ਬਿਗੈਸਟ ਆਇਲ ਰਿਜ਼ਰਵ ਕੈਨੇਡਾ 'ਚ ਹੈ ਸੋ ਉਹ ਸ਼ਹਿਰ 'ਚ ਹੈ ਨਾਲੇ ਔਰ ਉਹ ਰਿਚੈਸਟ ਵੈਰੀ ਰਿਚ ਸਿਟੀ ਕੈਨੇਡਾ ਦੀ ਜਿਹੜੀ ਹਾਊਸ ਹੋਲਡ ਇਨਕਮ ਹੈ ਉਹ $1,00,000 ਤੱਕ ਹੈਗੀ ਐਵਰੇਜ ਸਾਰੇ ਕੈਨੇਡਾ ਦੀ ਬਟ ਉੱਥੇ ਜਿੰਨੇ ਹਾਊਸ ਹੋਲਡ ਹੈਗੇ ਉਹਨਾਂ ਦੀ ਇਨਕਮ $2,00,000 ਹੈ ਡਬਲ ਸੋ ਉੱਥੇ ਵੈਸੇ ਹੀ ਜਿਹੜੇ ਬੱਚੇ ਕੋਈ ਵੀ ਜੋਬ ਕਰਨ ਜਾਂਦੇ ਆ ਉਹਨਾਂ ਨੂੰ ਨੋਰਮਲੀ ਅਸੀਂ ਕਹੀਏ ਕਿ ਉਹਨਾਂ ਨੂੰ ਵੈਸੇ ਹੀ ਜ਼ਿਆਦਾ ਪੈਸੇ ਮਿਲ ਰਹੇ ਆ $20 ਤੋਂ ਸਟਾਰਟ ਹੋ ਰਹੀਆਂ ਜੋਬਸ ਉੱਥੇ ਐਂਡ ਦੈਟ ਸਿਟੀ ਨੀਡਸ ਪੀਪਲ ਉਸ ਸਿਟੀ ਚ ਸੋ ਕਿਹੜੇ ਕਿਹੜੇ ਕੋਰਸਿਸ ਨੇ ਇਸ ਕਾਲਜ ਦੇ ਵਿੱਚ ਅ ਬਿਜ਼ਨਸ ਹੈਗਾ ਇਸ ਕਾਲਜ ਦੇ ਅੰਦਰ ਅਰਲੀ ਲਰਨਿੰਗ ਚਾਈਲਡਹੁੱਡ ਐਜੂਕੇਸ਼ਨ ਹੈ ਸੋਸ਼ਲ ਸਰਵਿਸ ਵਰਕਰ ਡਿਪਲੋਮਾ ਹੈ ਪ੍ਰੈਕਟੀਕਲ ਨਰਸਿੰਗ ਹੈ ਔਰ ਹਿਊਮਨ ਰਿਸੋਰਸ ਮੈਨੇਜਮੈਂਟ ਦਾ ਕੋਰਸ ਹੈਗਾ ਸੋ ਹੱਲੇ ਸਿਰਫ ਇਹਨਾਂ ਕੋਲ 5 to 6 ਕੋਰਸਿਸ ਹੀ ਹੈਗੇ ਆ ਜਨਰਲ ਆਰਟ ਸਾਇੰਸਿਸ ਦਾ ਸਰਟੀਫਿਕੇਟ ਹੈਗਾ ਬਟ ਦੇ ਆਰ ਕਮਿੰਗ ਅਪ ਵਿਦ ਨਿਊ 18 ਕੋਰਸਿਸ ਐਂਡ ਉਹ ਕਾਲਜ ਇੰਨੀ ਕੁ ਪੇਨ ਲੈ ਰਿਹਾ ਬੱਚਿਆਂ ਲਈ ਕਿ ਉਹਨਾਂ ਦੀ ਟਰਾਂਸਫਰ ਦਾ ਰਿਸਪੋਂਸਿਬਿਲਟੀ ਲੈ ਰਿਹਾ ਆਪਣੇ ਸਿਟੀ ਦੀ ਜਿੰਨੀ ਸਿਟੀ ਵਾਲੇ ਲੋਕ ਹੈ ਜਿਹੜੇ ਉਹਨਾਂ ਦੇ ਮਿਊਨਸੀਪਾਲਿਟੀ ਜਿਹਨੂੰ ਆਪਾਂ ਕਹਿ ਲਈਏ ਉਹਨਾਂ ਨੂੰ ਕਹਿ ਰਿਹਾ ਕਿ ਸਾਡੇ ਬੱਚਿਆਂ ਦੀਆਂ ਕਲਾਸਿਸ 8:30 ਲਾਸਟ ਕਲਾਸ ਹੁੰਦੀ ਹੈ ਤੁਸੀਂ 8:30 ਬੱਸ ਚਲਾਓ ਸਾਡੇ ਬੱਚਿਆਂ ਨੇ ਘਰ ਜਾਣਾ ਹੁੰਦਾ ਹੈ ਅਕੋਮੋਡੇਸ਼ਨ ਵਾਸਤੇ ਰਿਕੁਐਸਟ ਕਰ ਰਿਹਾ ਜਿੰਨੇ ਵੀ ਨੀਅਰੈਸਟ ਉੱਥੇ ਆਸੇ ਪਾਸੇ ਲੋਕ ਰਹਿੰਦੇ ਆ ਕਿ ਸਾਡੇ ਬੱਚਿਆਂ ਨੂੰ ਅਕੋਮੋਡੇਸ਼ਨ ਦਿੱਤੀ ਜਾਵੇ ਇਮੀਡੀਏਟਲੀ ਤਾਂ ਕਿ ਬੱਚਿਆਂ ਨੂੰ ਦੂਰ ਜਾ ਕੇ ਨਾ ਰਹਿਣਾ ਪਏ ਸੋ ਮੈਨੂੰ ਲੱਗਿਆ ਕਿ ਇੱਕ ਸਿੰਸੀਅਰ ਐਫਰਟ ਕਾਲਜ ਵੱਲੋਂ ਹੈਗਾ ਐਂਡ ਆਈ ਲਾਈਕ ਦਾ ਆਈਡੀਆ ਮੈਨੂੰ ਲੱਗਦਾ ਕਿ ਮੈਂ 4 ਪਹਿਲਾਂ ਗਿਆ ਹੁੰਦਾ ਤਾਂ ਉਹ ਸ਼ਹਿਰ 'ਚ ਹੱਲੇ ਜਿਵੇਂ ਅੱਜ ਦੇ ਸੂ ਸੇਂਟ ਮੈਰੀ 'ਚ ਮੈਂ 2015 ਤੋਂ ਜਾ ਰਿਹਾ ਤਾਂ ਮੈਂ ਜੇ ਉੱਥੇ 4 ਪਹਿਲਾਂ ਗਿਆ ਹੁੰਦਾ ਤਾਂ ਅੱਜ ਦੀ ਡੇਟ 'ਚ ਉੱਥੇ ਵੀ ਲੈਂਡਮਾਰਕ ਦੇ ਬਹੁਤ ਬੱਚੇ ਹੁੰਦੇ ਕਿਉਂਕਿ ਸੂ ਸੇਂਟ ਮੈਰੀ 'ਚ ਬਹੁਤ ਸਾਰੇ ਬੱਚੇ ਲੈਂਡਮਾਰਕ ਦੇ ਆ ਨਾਇਗਰਾ ਫਾਲਸ 'ਚ ਲੈਂਡਮਾਰਕ ਇਮੀਗ੍ਰੇਸ਼ਨ 'ਚ ਮੋਸਟਲੀ ਜਿੰਨੀਆਂ ਵੀ ਜੋਬਸ ਬੱਚੇ ਕਰ ਰਹੇ ਆ ਬੜੀ ਖੁਸ਼ੀ ਹੁੰਦੀ ਹੈ ਦੇਖ ਕੇ ਜਿੰਨੇ ਵੀ ਬੱਚੇ ਸਾਡੇ PR ਹੋਏ ਆ ਨਾਇਗਰਾ ਫਾਲਸ 'ਚ ਮੋਸਟਲੀ ਮੈਂ ਕਹਾਂਗਾ 70% ਸ਼ਹਿਰ ਦੇ ਬੱਚੇ ਲੈਂਡਮਾਰਕ ਤੋਂ ਗਏ ਹੋਏ ਆ ਸੋ ਜਿੰਨੇ ਬਹੁਤ ਸਾਰੇ ਬੱਚੇ ਮਿਲੇ ਹੋਏ ਆ ਜੀ ਇਸ ਵਿਜ਼ਿਟ 'ਚ ਤੁਹਾਨੂੰ ਹਮੇਸ਼ਾ ਹੀ ਮਿਲਦੇ ਆ ਦੇਖੋ ਟਿਮ ਹਾਰਟਨਸ ਤੇ ਸਾਡੇ ਸਾਰੇ ਬੱਚੇ ਆ ਕੰਫਰਟ ਇਨ ਦੀ ਮੈਨੇਜਰ ਸਾਡੀ ਕੁੜੀ ਹੈ ਰੈਡ ਲੌਬਸਟਰ ਰੈਸਟੋਰੈਂਟ ਹੈਗਾ ਉਹਦੀ ਮੈਨੇਜਰ ਲੜਕੀ ਸਾਡੀ ਸਟੂਡੈਂਟ ਹੈ ਉਹ ਕੀ ਕਹਿੰਦੇ ਆ ਇੱਕ ਹੋਰ ਹੋਟਲ ਹੈਗਾ ਰੈਡੀਸਨ ਉੱਥੇ ਕਰਕੇ ਉੱਥੇ ਵੀ ਮੈਨੇਜਰ ਜਿਹੜੀ ਆ ਕੁੜੀਆਂ ਜ਼ਿਆਦਾ ਮੈਂ ਦੇਖੀਆਂ ਮੈਨੇਜਰ ਔਰ ਜਿੰਨੇ ਵੀ ਸਿਕਿਉਰਿਟੀ ਗਾਰਡ ਹੈ ਲੜਕੇ ਉਹ ਵੀ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਗਏ ਹੋਏ ਆ ਉੱਥੇ ਐਂਡ ਮਤਲਬ ਕਿ ਬਹੁਤ ਸਾਰੇ ਇੱਦਾਂ ਦੇ ਜੋਬਸ ਹੈਗੇ ਇੱਕ ਬੱਚਿਆਂ ਨੇ ਤਾਂ ਆਪਣਾ ਰੈਸਟੋਰੈਂਟ ਖੋਲਿਆ ਹੋਇਆ ਉੱਥੇ ਔਰ ਪੀਜ਼ਾ ਰੈਸਟੋਰੈਂਟ ਵੀ ਖੋਲਿਆ ਬੱਚੇ ਨੇ ਉੱਥੇ ਮੈਕਡੋਨਲਡਸ 'ਚ ਵੀ ਕਾਫੀ ਸਟੂਡੈਂਟ ਸਾਡੇ ਹੈਗੇ ਆ ਈਵਨ ਬਰੈਂਪਟਨ 'ਚ ਵੀ ਬਹੁਤ ਬੱਚੇ ਲੈਂਡਮਾਰਕ ਇਮੀਗ੍ਰੇਸ਼ਨ 'ਤੇ ਰਹਿੰਦੇ ਆ ਬਟ ਬਰੈਂਪਟਨ ਇੱਕ ਵੱਡਾ ਸ਼ਹਿਰ ਹੈ ਉੱਥੇ ਬਹੁਤ ਸਾਰੇ ਏਜੰਟ ਬੱਚੇ ਭੇਜਦੇ ਆ ਔਰ ਸੂ ਸੈਂਟ ਮੈਰੀ 'ਚ ਸਟਾਰਬਕਸ ਦੇ ਬੱਚੇ ਸਾਡੇ ਹੈ ਕੀ ਕਹਿੰਦੇ ਆ ਇੱਕ ਉੱਥੇ ਹੋਟਲ ਹੈਗਾ ਨਾਮ ਭੁੱਲ ਗਿਆ ਇਟਾਲੀਅਨ ਹੋਟਲ ਹੈ ਕਿਉਂਕਿ ਸੂ ਸੈਂਟ ਮੈਰੀ ਇਜ਼ ਐਨ ਇਟਾਲੀਅਨ ਸਿਟੀ ਉੱਥੇ ਬਹੁਤ ਸਾਰੇ ਇਟਾਲੀਅਨਸ ਰਹਿੰਦੇ ਨੇ ਐਂਡ ਉੱਥੇ ਵੀ ਜਿੰਨੇ ਕਾਫੀ ਬਿਜ਼ਨਸਿਸ 'ਚ ਜਿਹੜੇ ਬੱਚੇ ਆ ਉਹ ਕਾਫੀ ਸਾਰੇ ਸਾਡੇ ਤੋਂ ਗਏ ਹੋਏ ਆ ਸੋ ਬੜੀ ਖੁਸ਼ੀ ਹੁੰਦੀ ਈਵਨ ਕਿਆਨੋ ਕਾਲਜ 'ਚ ਵੀ ਫਸਟ ਏਜੰਟ ਜਿਹੜਾ ਹੈਗਾ ਸੀ ਉਹ ਲੈਂਡਮਾਰਕ ਇਮੀਗ੍ਰੇਸ਼ਨ ਸੀ ਤਾਂ ਉੱਥੇ ਵੀ ਬਹੁਤ ਬੱਚੇ ਕੀ ਕਹਿੰਦੇ ਸਾਡੇ ਪਹੁੰਚੇ ਹੋਏ ਆ ਪਹਿਲਾਂ ਤੋਂ ਹੀ ਬਿਕੋਜ਼ ਵੀ ਆਰ ਵਰਕਿੰਗ ਵਿਦ ਦੈਮ ਸਿੰਸ 2018 ਸੋ ਉਹ ਕਾਲਜ ਹਲੇ ਪਤਾ ਹੀ ਨਹੀਂ ਸੀ ਸੋ ਸਟੂਡੈਂਟਸ ਇਹੀ ਲਾਭ ਹੈ ਦੇਖੋ ਦੀਪਕ ਕਿ ਸਾਨੂੰ ਅਸੀਂ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉਹ ਕਾਲਜਸ ਪਹਿਲਾਂ ਲੈ ਕੇ ਆਈਏ ਮਾਰਕੀਟ 'ਚ ਜਿਵੇਂ ਅਲਗੋਮਾ ਯੂਨੀਵਰਸਿਟੀ ਨੂੰ ਲੈ ਕੇ ਆਉਣ ਵਾਲਾ ਲੈਂਡਮਾਰਕ ਸੀ ਈਵਨ ਇੰਡੀਅਨ ਮਾਰਕੀਟ 'ਚ ਲੈ ਕੇ ਆਉਣ ਵਾਲਾ ਲੈਂਡਮਾਰਕ ਸੀ ਐਂਡ ਉਸ ਕਿਆਨੋ ਕਾਲਜ ਨੂੰ ਵੀ ਅਸੀਂ ਇੱਥੇ ਲੈ ਕੇ ਆਏ ਅਸੀਂ ਦੱਸਿਆ ਸਟੂਡੈਂਟਸ ਨੂੰ ਉਸ ਤੋਂ ਬਾਅਦ ਉਹ ਬਹੁਤ ਫੇਮਸ ਹੋ ਗਿਆ ਕਾਲਜ ਸੋ ਯੂਨੀਵਰਸਿਟੀ ਕੈਨੇਡਾ ਵੈਸਟ ਦੀ ਅਸੀਂ ਗੱਲ ਕਰੀਏ ਤਾਂ 2014 'ਚ ਉਸ ਯੂਨੀਵਰਸਿਟੀ 'ਚ 10 ਬੱਚੇ ਸੀ ਐਂਡ ਅਸੀਂ ਉਹਨਾਂ ਨੂੰ ਪ੍ਰਮੋਟ ਕੀਤਾ ਅੱਜ ਦੀ ਡੇਟ 'ਚ ਉਸ ਯੂਨੀਵਰਸਿਟੀ 'ਚ 11,000 ਬੱਚੇ ਹੈ ਔਰ ਬਹੁਤ ਫੇਮਸ ਹੋਈ ਬਿਕੋਜ਼ MBA ਕਿੱਦਾਂ ਦਾ ਕੋਰਸ ਆ ਜਿਹੜਾ ਵਿਦਆਊਟ GMAT ਅਸੀਂ ਯੂਨੀਵਰਸਿਟੀ 'ਚ ਕਰ ਸਕਦੇ ਹਾਂ ਕੈਨੇਡਾ ਵੈਸਟ ਯੂਨੀਵਰਸਿਟੀ 'ਚ ਕਰ ਸਕਦੇ ਹਾਂ ਸੋ ਮੈਨੂੰ ਲੱਗਦਾ ਕਿ ਇਸ ਚੀਜ਼ 'ਤੇ ਸਾਨੂੰ ਥੋੜ੍ਹਾ ਜਿਹਾ ਮਤਲਬ ਇਹੀ ਕੋਸ਼ਿਸ਼ ਹੈ ਦੀਪਕ ਜਿਹੜਾ ਮੈਂ ਬਾਰ ਬਾਰ ਜਾਂਦਾ ਐਵਰੀ 3 ਮੇਰਾ ਟੂਰ ਰਹਿੰਦਾ ਹੀ ਰਹਿੰਦਾ ਕਿ ਹੁਣ ਮੈਂ ਜਰਮਨੀ ਵੀ ਜਾ ਰਿਹਾ ਦੀਪਕ ਇਨ ਨਵੰਬਰ ਸੋ ਦੈਟ ਸਟੂਡੈਂਟਸ ਨੂੰ ਮੈਂ ਜਰਮਨੀ ਬਾਰੇ ਵੀ ਗਾਈਡ ਕਰ ਸਕਾਂ ਜਰਮਨੀ ਮੇਰੇ ਰੈਗੂਲਰਲੀ ਬੱਚੇ ਜਾ ਰਹੇ ਆ ਜਰਮਨੀ 'ਚ ਵੀਜ਼ਾ ਰਿਫਿਊਜ਼ ਨਹੀਂ ਹੁੰਦਾ ਬਟ ਜਰਮਨੀ ਦੀ ਇੱਕ ਇਹ ਹੈ ਕਿ ਜਿਹੜਾ ਸਮਾਂ ਹੈ ਉਹ 3 to 6 ਮਹੀਨੇ ਦਾ ਜ਼ਰੂਰ ਲੱਗ ਜਾਂਦਾ
ਸੋ ਸਟੂਡੈਂਟ ਜਸਮੀਤ ਜੀ ਬਹੁਤ ਸਾਰੀ ਨਵੀਂ ਇਨਫੋਰਮੇਸ਼ਨ ਲੈ ਕੇ ਆਏ ਨੇ ਫਸਟ ਹੈਂਡ ਅਕਾਊਂਟ ਇਨਫੋਰਮੇਸ਼ਨ ਗਰਾਊਂਡ ਲੈਵਲ ਤੇ ਕੀ ਹੋ ਰਿਹਾ ਸੋ ਆਉਣ ਵਾਲੇ ਲਾਈਵ ਬਹੁਤ ਇੰਟਰਸਟਿੰਗ ਰਹਿਣਗੇ ਸੋ ਜੁੜੇ ਰਹੋ ਸਾਡੇ ਨਾਲ ਇਹ ਸ਼ਾਮ ਵਾਲਾ ਜਿਹੜਾ ਲਾਈਵ ਦਾ ਟਾਈਮ ਹੈ ਇਹਦੇ ਚ ਬਹੁਤ ਸਾਰੀਆਂ ਨਵੀਆਂ ਗੱਲਾਂ ਕੈਨੇਡਾ ਦੀਆਂ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਲੇਟੈਸਟ ਅਪਡੇਟਸ ਕਿਹੜੇ ਪ੍ਰੋਵਿੰਸ ਜਾਣਾ ਚਾਹੀਦਾ ਕਿਹੜੇ ਇਨਟੇਕ ਚ ਸੀਟਾਂ ਕਿੰਨੀਆਂ ਪਈਆਂ ਉਹ ਰੈਗੂਲਰ ਕੁਐਸਚਨ ਆਨਸਰ ਜ਼ਰੂਰ ਚੱਲਦੇ ਰਹਿਣਗੇ ਤੁਸੀਂ ਕਾਲ ਵੀ ਕਰ ਸਕੋਗੇ ਲਾਈਵ ਸੈਸ਼ਨ ਦੇ ਵਿੱਚ ਆਪਣੇ ਕਮੈਂਟਸ ਦੇ ਜਵਾਬ ਵੀ ਹਾਸਲ ਕਰੋਗੇ ਸੋ ਅੱਜ ਦੇ ਲਾਈਵ ਸੈਸ਼ਨ ਦੇ ਵਿੱਚ ਇੰਨਾ ਹੀ ਜਸਮੀਤ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ